ਤੇ ਇਹ ਤੇ ਹਾਲੀ ਕੱਚੀ ਕਲਾ ਵਾ। ਪਿਆਸ ਮੇਰਾ ਤੇਰੇ ਪਿਆਰੇ ਦਾ ਪਿਆਸਾ ਬਦਨ ਉਦਾਸ ਤੈਨੂੰ ਕਾਲਾ ਚਸ਼ਮਾ ਯਾਰ ਨਾਜ਼ਰੀਨ ਓਏ ਟੀ ਟਾਈਮ ਚ ਖੁਸ਼ ਆਮਦੀਦ ਯਾਰ ਤੂੰ ਤੇ ਮੇਰੀ ਤੀਤ ਚਰਾਈ ਤੂੰ ਤੇ ਮੇਰੀ ਅੱਖੀਆਂ ਦੀ ਤੀਤ ਚਰਾਈ ਤੇ ਬੇਈਮਾਨਾ ਵੇ ਬੇਈਮਾਨਾ ਵੇ ਹਰ ਜਾਈ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਸਾਰਾ ਗਾਮਾ ਸਾਗਾਮਾ। ਅੱਛਾ ਇਹਨੂੰ ਨਾ ਸਿਰਫ ਗਾਲਾ ਗੋਲਾ ਕੱਢਣ ਲਈ ਰੱਖੋ, ਗਾਣਾ ਤੁਸੀਂ ਗਾ ਲਿਆ ਕਰੋ। ਇਹ ਤੁਹਾਡੇ ਪੱਤੇ ਜਜ਼ਬਾਤ ਆ, ਇਹਨੂੰ ਧਮਕੀ ਸ਼ਮਕੀ ਲਾਉਣ ਲਈ ਰੱਖ ਲਓ, ਕਿਸੇ ਨੂੰ ਗਾਲ ਗੁਲ ਕੱਢਣੀ ਹੋਵੇ ਨਾ ਬਸ। ਇਹ ਨਾਜ਼ਰੀਨ ਮੈਂ ਤੁਹਾਨੂੰ ਦੱਸਾਂ, ਗੱਲ ਇਹ ਹੈ, ਇਸ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਯਾਰ ਇਹ ਵੀ ਇਨਸਾਨ ਨੇ। ਹਾਂ ਬਿਲਕੁਲ ਸਹੀ ਕਿਹਾ, ਇਹਨਾਂ ਦਾ ਜ਼ੁਲਮ ਨਹੀਂ ਬਰਦਾਸ਼ਤ ਹੋਣ ਸਾਨੂੰ। ਸਹੀ ਗੱਲ ਹੈ, ਖੈਰਾਂ ਤੇਰੀਆਂ। ਜਿੱਦਾਂ ਅਸੀਂ ਇਨਸਾਨ, ਇਹ ਇਨਸਾਨ ਨੇ, ਅਸ਼ਰਫੁਲ ਮਖਲੂਕਾਤ ਨੇ, ਤੇਰੀਆਂ ਖੈਰਾਂ ਹੋ ਐਵੀ ਸਾਰੇ ਹੀ। ਅੱਛਾ ਠੀਕ ਹੈ ਜੀ, ਮੁਆਸ਼ਰੇ 'ਚ ਜੋ ਜੋ ਇਹਨਾਂ ਨਾਲ ਜ਼ਿਆਦਤੀਆਂ ਹੋਈਆਂ ਅੱਜ ਤੱਕ, ਜੋ ਜੋ ਜ਼ੁਲਮ ਹੋਏ, ਜੋ ਜੋ ਕੁਛ ਇਹਨਾਂ ਨੇ ਸਿਆ, ਹਾਏ ਦਿਨ ਵੇਖੇ ਆਪਣੇ ਭਾਰ ਚੁੱਕੇ, ਹਾਏ ਖਰਚਿਆਂ ਦੇ, ਘਰ ਦੇ, ਬਾਲ ਬੱਚਿਆਂ ਦੇ, ਬਾਲ ਬੱਚਿਆਂ ਦੇ, ਜਿਹੜੇ ਬਾਲ ਬੱਚੇ ਮਤਲਬ ਇਹਨਾਂ ਦੇ ਕੋਲ ਲੋਕੀ ਛੱਡ ਜਾਂਦੇ ਨੇ, ਉਹ ਵੀ ਇਹਨਾਂ ਦੇ ਬਾਲ ਬੱਚੇ ਦੇ, ਬਾਲ ਬੱਚੇ ਸਾਡੇ, ਜਿਨ੍ਹਾਂ ਇਹਨਾਂ ਦੇ ਗੁਰੂ ਤੜ, ਇਹਨਾਂ ਚੋਂ ਗੁਰੂ ਕੌਣ ਹੈ ਜੀ? ਇਹ ਸਾਡੇ ਗੁਰੂ ਨੇ, ਇਹ ਗੁਰੂ ਨੇ ਰੰਧਾਵਾ। ਹਾਂਜੀ ਅੱਛਾ, ਗੁਰੂ ਰੰਧਾਵਾ। ਹਾਂਜੀ ਅੱਛਾ ਚਲ ਠੀਕ ਹੈ, ਤੇ ਇਹ ਤੇ ਹਾਲੀ ਕੱਚੀ ਕਲਾ ਵਾ। ਹਾਲੇ ਮੈਂ ਇਹਦਾ ਪੁੱਛਣਾ ਵਾ, ਮੈਂ ਕਹਿ ਰਿਹਾ ਸੀ ਤਿੰਨਾਂ ਤੇ ਮੈਂ ਵਾਇੰਡ ਅਪ ਕਰ ਦਵਾਂ, ਲੇਕਿਨ ਤੁਸੀਂ ਮੇਰਾ ਧਿਆਨ ਹੁਸਨ ਨਾਲ ਵੀ ਪਵਾ ਰਹੇ ਹੋ। ਅੱਛਾ ਜੀ ਚਲੋ, ਇਹ ਹਾਲੇ ਕੱਚੇ ਕੱਚੀਆਂ ਕਲੇ ਨੇ, ਠੀਕ ਹੈ ਜੀ, ਮੇਰਾ ਇੰਟਰਵਿਊ ਮੇਰਾ, ਤੇ ਹੁਣ ਇੱਕ ਇੱਕ ਕਰਕੇ ਜ਼ਰਾ ਇੰਟਰਵਿਊ ਕਰਾ ਦਿਓ। ਗੁਰੂ ਜੀ ਤੁਸੀਂ ਜ਼ਰਾ ਇਹ ਦੱਸੋ ਕਿ ਇਹ, ਮੈਂ ਬਨਾਰਸੀ ਜੀ, ਇਹ ਗੁਰੂ ਮੈਡਮ ਬਨਾਰਸੀ ਤੁਹਾਡਾ ਨਾਮ? ਮੈਡਮ ਬਨਾਰਸੀ। ਅੱਛਾ ਤੁਸੀਂ ਵੀ, ਤੁਹਾਨੂੰ ਕੀ ਸ਼ੌਕ ਸੀ? ਸ਼ੌਕ ਕਾਹਦਾ ਜੀ, ਹਾਲਾਤ ਨਹੀਂ ਚੱਲਦੇ। ਅੱਛਾ ਤੁਸੀਂ ਨਾ ਹੋਰ ਵੀ ਕੋਈ ਕੰਮ ਕਰਦੇ ਤੁਸੀਂ? ਹੋਰ ਜੀ ਕਰ ਲਈਦੇ ਜੀ, ਅੰਮੀ ਭੇਜੇ ਕਿਤੇ ਦੇ ਕੰਮ ਕਰ ਰਹੀਦੇ ਆ ਜਾ ਕੇ। ਅੱਛਾ ਤੁਹਾਡੀ ਅੰਮੀ ਆ? ਹਾਂਜੀ ਇਹ ਸਾਡੀ ਅੰਮੀ ਆ ਜੀ। ਮਾਸ਼ਾਅੱਲਾ, ਇਹ ਬੜੀ ਨਸ਼ੀਲੀ ਅੱਖਾਂ ਨੇ, ਮੇਰੇ ਕੋਲ ਦੇਖਿਆ ਨਹੀਂ ਜਾ ਰਿਹਾ, ਮੈਂ ਤੁਹਾਨੂੰ ਸਹੀ ਦੱਸਾਂ। ਅੰਮੀ ਬਸ ਪਤਾ ਕੀ ਇਹਨਾਂ ਉਹਦੀ, ਦੇਖੋ ਮੇਰੀਆਂ ਅੱਖੋਂ ਮੇ ਹੈ ਡੋਰੇ ਗੁਲਾਬੀ, ਉਹ ਕਰੈਕਟਰ ਆ, ਮੈਂ ਮੇਰੇ ਨਜ਼ਰ ਨਹੀਂ ਟੇਕ ਰਹੀ ਮੇਰੀ। ਜਾਨੀ ਸਾਹਿਬ ਮੈਂ ਬੜੀ ਮਸ਼ਕੂਰ ਆ ਤੁਹਾਡੀ, ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਆਪਣੀ ਜ਼ਿੰਦਗੀ ਦੇ ਵਿੱਚੋਂ ਸਾਨੂੰ। ਜੀ ਮੈਂ ਤੇ, ਮੇਰੀ ਗੱਲ ਸੁਣੋ, ਮੈਂ ਤੇ ਅੱਜ ਦਾ ਸ਼ੋਅ ਜਿਹੜਾ ਕੀਤਾ ਹੀ ਇਸ ਤੋਂ ਆ, ਤੁਹਾਨੂੰ ਬੁਲਾਇਆ ਹੀ ਇਸ ਤੋਂ ਆ ਕਿ ਅਸੀਂ ਦੱਸੀਏ ਮੁਆਸ਼ਰੇ ਨੂੰ ਕਿ ਭਾਈ ਇਹ ਵੀ ਇਨਸਾਨ ਨੇ। ਹਾਂਜੀ ਇਹਨਾਂ ਦਾ ਜੇ ਅਸੀਂ ਲੈਣਾ ਜੀ, ਇੱਕ ਇਹਨਾਂ ਨੂੰ ਦੁਨੀਆਂ ਜਾਣ ਤੋਂ ਬਾਹਰ ਕੱਢਿਆ, ਹਰ ਜਗ੍ਹਾ ਤੋਂ ਖਾਣ ਪੀਣ ਇਹਨਾਂ ਦਾ ਅਲੱਗ, ਕੱਪੜੇ ਅਲੱਗ, ਇਹਨਾਂ ਦੇ ਨਾਮ ਅਲੱਗ, ਇਹਨਾਂ ਦਾ ਅਸੀਂ ਨਹੀਂ, ਹੁਣ ਦੌਰ ਚੇਂਜ ਹੋ ਗਿਆ ਔਰ ਇਹਨਾਂ ਦੇ ਜ਼ੁਲਮ ਤੁਸੀਂ ਜਿੰਨਾ ਕਰਨਾ ਸੀ ਹੁਣ ਤੱਕ ਕਰ ਲਿਆ,
ਅੱਗੇ ਤੋਂ ਹੁਣ ਤੁਸੀਂ ਜਿਹੜਾ ਜ਼ੁਲਮ ਕਰਨਾ ਉਹ ਪਹਿਲੇ ਇਹਦੇ ਨਾਲ ਤੁਸੀਂ ਗੱਲ ਕਰਨੀ ਹੈ। ਦੇਖੋ ਕਿ ਬਈ ਕਿਹੜੀ ਗੱਲ ਕੀਤੀ, ਮੈਨੂੰ ਸਾਰੀ ਸਮਝ ਆਉਣ ਦੀ ਹੈ ਨਾ ਗੱਲਾਂ ਇਹੋ ਜਿਹੀ। ਭਾਜਾ ਨੇ ਮੈਂ ਕਹਿੰਦਾ ਵਾ ਕਿ ਜ਼ੁਲਮ ਕਰਾਉਣ ਵਾਸਤੇ ਵੀ ਇੱਕ ਬੰਦਾ ਹੋਣਾ ਚਾਹੀਦਾ ਜਿਹਨੂੰ ਪਤਾ ਹੋਵੇ ਤੁਸੀਂ ਔਰ ਉਹ ਜ਼ੁਲਮ ਨੂੰ ਡੱਕੇ। ਮੇਰੀ ਗੱਲ ਸੁਣੋ ਜਾਨੀ ਸਾਹਿਬ, ਮੈਂ ਬਹੁਤ ਮਸ਼ਹੂਰ ਹਾਂ, ਤੁਸੀਂ ਗੁਰੂ ਸ਼ੈਰੀ ਖੰਨਾ ਨੂੰ ਆਪਣੇ ਸੌਰੀ ਨਾਮ ਗੁਰੂ ਸ਼ੈਰੀ ਖੰਨਾ ਸ਼ੈਰੀ ਖੰਨਾ ਜੀ ਆਪਣੇ ਸ਼ੋਅ 'ਚ ਬੁਲਾ ਕੇ ਚਾਰ ਚੰਦ ਲਏ ਨੇ। ਸਾਨੂੰ ਇਨਸਾਫ ਚਾਹੀਦਾ ਕਿ ਜੰਮਦਿਆਂ ਘਰੋਂ ਮਾਂ ਬਾਪ ਨੇ ਕੱਢ ਦਿੱਤਾ, ਥੋੜ੍ਹੀ ਜਿਹੀ ਵੱਡੀ ਹੋਈ ਆ। ਇੱਕ ਮਿੰਟ ਹੈ ਜੋ ਸਰ, ਮੈਂ ਐਡੀਟਰ ਹਾਂ, ਐਡੀਟਰ ਬੇਟਾ ਯਹਾਂ ਪੇ ਪਿੱਛੇ ਕੋਈ ਦਰਦਨਾਕ ਸੀ ਫਲੂਟ ਲਗਾ ਦੇ ਜੀ, ਦੁਬਾਰਾ ਜ਼ਰਾ ਫਲੂਟ ਚੱਲ ਲੇ। ਜੰਮਦਿਆਂ ਘਰੋਂ ਮਾਂ ਬਾਪ ਨੇ ਕੱਢ ਦਿੱਤਾ, ਅੱਛਾ ਸਕੂਲੋਂ ਟੀਚਰ ਨੇ ਕੱਢ ਦਿੱਤਾ ਧੱਕੇ ਮਾਰ ਕੇ, ਓਹੋ, ਤੇ ਡਾਂਸ ਵਾਸਤੇ ਗੁਰੂ ਦੇ ਕੋਲ ਗਈ, ਗੁਰੂ ਨੇ ਵੀ ਅਕੈਡਮੀ ਚੋਂ ਕੱਢ ਦਿੱਤਾ। ਸਾਨੂੰ ਇਨਸਾਫ ਕਿੱਥੋਂ ਮਿਲੇਗਾ? ਸ਼ਨਾਖਤੀ ਕਾਰਡ ਬਣਵਾਉਣ ਗਈ, ਔਰਤਾਂ ਵਾਲੀ ਲਾਈਨ 'ਚ ਲੱਗੀ, ਔਰਤਾਂ ਨੇ ਕੱਢ ਦਿੱਤਾ, ਬੰਦੇ ਵਾਲੀ ਲਾਈਨ 'ਚ ਲੱਗੀ, ਬੰਦਿਆਂ ਨੇ ਕੱਢ ਦਿੱਤਾ। ਇੱਕ ਮੈਂ ਨਮਾਣੀ ਨੇ ਇੱਕ ਵੱਖਰੀ ਲਾਈਨ ਬਣਾਈ, ਉਹਨਾਂ ਨੇ ਮੈਨੂੰ ਦੁਨੀਆਂ 'ਤੇ ਕੱਢ ਦਿੱਤਾ। ਸ਼ਿਟਟ ਸੁੱਟ ਕੇ ਚਲੇ ਗਏ ਨਾਦਰਾ ਦਫ਼ਤਰ ਦਾ। ਮੈਨੂੰ ਦੱਸੋ ਸਾਡੇ ਨਾਲ ਕਦੋਂ ਤੱਕ ਨਾ ਇਨਸਾਫ ਹੋਏ। ਸਾਨੂੰ ਫਲੂਟ ਬੰਦ ਹੋ ਗਈ ਭਾਜੀ, ਫਲੂਟ ਹੋ ਗਈ ਬੰਦ, ਫਲੂਟ ਬੰਦ ਕਰਾ ਦਾ। ਚਲੋ ਜੀ ਫਲੂਟ ਬੰਦ ਕਰ ਦਿਓ ਜ਼ਰਾ, ਆ ਇੱਧਰ ਫਲ ਫਲੂਟ ਦਾ ਕੰਮ ਸ਼ੁਰੂ ਹੋ ਗਿਆ, ਉਹ ਕਰ ਲਈਏ ਜ਼ਰਾ। ਇਹ ਬੰਦ ਹੋ ਗਈ ਭਾਜੀ, ਫਲੂਟ ਬੰਦ ਹੋ ਗਈ। ਅੰਮੀ ਭਾਜੀ ਨੂੰ ਮਾਇਲ ਨਾ ਕਰ, ਬਸ ਕਰ। ਬੇਟਾ ਮੇਰੀ ਬਾਤ ਸੁਣੋ, ਆਪ ਵੀ ਮੇਰੇ ਬੱਚੋ ਜੈਸੇ। ਕਿਹੜੇ ਬੱਚੇ? ਰਾਮ ਨੇ ਕਿ ਦੱਸਿਆ? ਨਹੀਂ ਬੱਚੋ ਜੈਸੇ ਯਾਰ, ਹਮਾਰੇ ਬੱਚੋ ਜੈਸੇ ਕਿ ਇਨਸਾਨ ਹੈ ਯਾਰ, ਹਮ ਕੈਸੀ ਕੌਮ ਹੈ ਯਾਰ, ਹਮ ਡੋਗ ਕਾ ਬੱਚਾ ਅਗਰ ਘਰ ਰਹੇ ਤਾਂ ਹਮ ਉਸਕੋ ਬੇਟਾ ਕਹਿਣਾ ਸ਼ੁਰੂ ਕਰ ਦਿੱਤੇ, ਲੇਕਿਨ ਇਨ ਲੋਕੋ ਕੋ ਹਮ ਤਿਆਰ ਹੀ ਨਹੀਂ ਹੈ ਕਿ ਇਹ ਹਮਾਰੇ ਵੀ ਭਾਈ ਹੈ ਜਾਂ ਬਹਿਨੇ ਹੈ। ਤੇਰੇ ਕਿਆ ਖੈਰਾ ਹੋ ਜਾਣ, ਤੇਰੇ ਜਾਨਵਰ ਲੈ ਆਏ ਹਮ, ਛਤਰਾ ਪਾਲ ਲੇ ਹਮ, ਉਸਕੋ ਦੋ ਚਾਰ ਦਸ ਦਿਨ ਮੈਂ ਹਮ ਕਹਿ ਦੇ ਮੇਰਾ ਪੁੱਤਰ ਹੈ, ਮੇਰਾ ਪੁੱਤਰ। ਇਨਕੋ ਪੁੱਤਰ ਕਹਿਣੇ ਲੱਗੇ ਕਿਆ ਤਕਲੀਫ ਹੋਤੀ ਹੈ। ਤੇਰੀਆਂ ਖੈਰਾ ਹੋ ਜਾਣ, ਅੰਮੀ ਇਹਨਾਂ ਦਰਦ ਕੋਈ ਆਪਣਾ ਹੀ ਸਮਝ ਸਕਦਾ। ਦੇਖੋ ਇਸ ਤਰ੍ਹਾਂ ਕੀ ਮਿਸਾਲ ਕਭੀ ਦੀ ਕਿਸੇ ਨੇ? ਕਿਸੇ ਨੇ ਆਪਨੇ ਦੇਖੇ, ਆਪਨੇ ਜਰਮਨ ਸ਼ੈਫਰਡ ਰੱਖਾ ਹੋ ਉਸਕਾ ਬੱਚਾ, ਆਪ ਕਹਤੇ ਜੀ ਮੇਰੇ ਤਿੰਨ ਪੁੱਤਰ ਨੇ ਜੀ, ਇਹ ਮੇਰਾ ਚਾਰ ਪੰਜ, ਇਹਨੂੰ ਮੈਂ ਪੁੱਤਾਂ ਕਹਤੇ ਨਹੀਂ ਹੈ। ਬੱਕਰਾ ਲੇ ਉਸਕੋ ਕਹਤੇ, ਛਤਰਾ ਲੇ ਉਸਕੋ ਕਹਤੇ, ਆਪਨੇ ਘਰ ਮੇ ਕੁਛ ਹੀ ਰੱਖੀ ਹੋ, ਉਸਕੋ ਹਮ ਪੁੱਤਰ ਕਹਿ ਸਕਦੇ ਹੈ, ਇਨਕੋ ਹਮ ਪੁੱਤਰ ਨਹੀਂ ਕਹਿ ਸਕਦੇ। ਤੇਰੀਆਂ ਖੈਰਾਂ ਹੋ ਜਾਣ, ਤੇਰੇ ਚਾਰ ਸ਼ਹਿਜ ਸ਼ੈਂਪੂ ਚੱਲਣ, ਤੇਰੇ ਚੈਨਲ ਚੱਲਣ, ਜਾਨੀ ਬਾਦਸ਼ਾਹ ਤੇਰੀਆਂ ਖੈਰਾਂ ਹੋ ਜਾਣ ਸਾਡੀਆਂ ਨਿਮਾਣੀਆਂ ਨੂੰ। ਅੱਛਾ ਹੁਣ ਇਹ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੱਥੇ ਕਿੱਥੇ ਕੌਣ ਕੌਣ ਤੰਗ ਕਰਦਾ ਜ਼ਰਾ, ਅਸੀਂ ਕਿਉਂਕਿ ਮੀਡੀਆ ਦੇ ਉਛਾ ਲਈਏ ਕਿ ਵੀ ਤੁਹਾਡਾ ਕੀ ਨਾ ਇਨਸਾਫੀ ਹੁੰਦੀ, ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਮੈਂ ਤੁਹਾਨੂੰ ਤਫਸੀਲ ਨਾਲ ਕੁਛ ਦੱਸਾਂ ਜੀ, ਤਫਸੀਲ ਨਾਲ ਦੱਸੋ। ਸਭ ਤੋਂ ਪਹਿਲਾਂ ਤਾਂ ਸਾਨੂੰ ਵੇਖ ਲਓ, ਇਸ਼ਾਰਿਆਂ ਤੇ ਗਲੀਆਂ 'ਚ ਬਾਜ਼ਾਰਾਂ ਦੇ ਵਿੱਚ ਕੋਈ ਇੱਜ਼ਤ ਨਹੀਂ ਦਿੱਤੀ ਜਾਂਦੀ। ਅਮੀ ਥੋੜਾ ਹੌਲਾ ਹੈ, ਪਤਾ ਕੀ ਗੱਲ? ਦੇਖੋ ਸਾਨੂੰ ਜਦੋਂ ਜੋ ਹੱਥ ਦੇ ਕੇ ਕੋਈ ਰੋਕੇ, ਅਸੀਂ ਜੋ ਰੁਕ ਜਾਂਦੀਆਂ ਵਾ, ਰੁਕ ਗਈਆਂ ਤੇ ਫਿਰ ਜ਼ਿਆਦਤੀ ਕਰਨ ਦੀ ਕੀ ਲੋੜ ਹੈ? ਇਹ ਯਹੀ ਮੈਨੇ ਕਹਿਣਾ ਹੈ ਕਿ ਕਿਉਂ ਜ਼ਿਆਦਤੀ, ਜੋ ਮਰਜ਼ੀ ਆਪਕੋ ਉਠਾ ਕੇ ਇੱਧਰ ਕਰ ਦਿੱਤਾ। ਆਪ ਕਿਆ ਸਿਰਫ ਸ਼ਾਦੀ ਵਿਆਹ ਪੇ ਮੁੰਡਾ ਪੇ ਬਸ ਡਾਂਸ ਕਰਨੇ ਕਾ ਜੋਗੀ ਰਹਿ ਗਈ ਹੈ? ਨਹੀਂ, ਆਪ ਮੇਂ ਸੇ ਵਕੀਲ ਵੀ ਬਨਨਾ ਚਾਹੀਏ ਆਪਕੋ, ਆਪਕੋ ਡਾਕਟਰ ਬਨਨਾ ਚਾਹੀਏ, ਆਪਕੋ ਪੁਲਿਸ ਮੇਂ ਹੋਣਾ ਚਾਹੀਏ, ਆਪਕੋ ਵਾਰਡਨ ਮੇਂ ਹੋਣਾ ਚਾਹੀਏ, ਆਪਕੋ ਹਾਸਪਿਟਲੋਂ ਮੇਂ ਨਰਸੇ ਹੋਣੀ ਚਾਹੀਏ, ਡਾਕਟਰ ਵੀ ਆਪ ਹੋ, ਨਰਸ ਵੀ ਆਪ ਹੋ, ਵਾਰਡਨ ਵਾਲੀ ਔਰਤ ਵੀ ਆਪ ਹੋ, ਵਾਰਡਨ ਵਾਲਾ ਇੰਸਪੈਕਟਰ ਵੀ ਆਪ ਹੋ। ਸਹੀ ਗੱਲ ਹੈ, ਆਪਕੇ ਪਾਸ ਡਬਲ ਡੈਕਰ ਨਿਜ਼ਾਮ ਹੋਣਾ ਚਾਹੀਏ। ਇਹ ਬਹੁਤ ਜ਼ੁਲਮ ਸਹਿ ਲਿਆ, ਆਪ ਕਹੀਂ ਕਹੀਂ ਕੋਈ ਹੋ ਗਿਆ ਕੋਈ ਤਾਂ ਠੀਕ ਹੈ, ਵਰਨਾ ਇਹ ਰੂਟੀਨ ਵਰਕ ਖਤਮ ਕਰੇ ਆਪ ਇਸਕੋ। ਆਹ ਇਹ ਨਹੀਂ ਕਿ ਮੈਨੂੰ ਕਿ ਸਮਝ ਨਹੀਂ ਲੱਗ ਰਿਹਾ ਹੋ ਆਪਕੋ। ਉਹ ਬਾਅਦ ਮੈਂ ਥੋੜੀ ਸੀ ਸ਼ਰਮ, ਦੇਖੇ ਮੈਂ ਇਸ ਲਈ ਕਹਿ ਰਹਾ ਹਾਂ ਕਮੀ ਕਬੀ ਜ਼ੁਲਮ ਕਿ ਬਈ ਹਮ ਪੇ ਵੀ ਹੋ ਜਾਤਾ ਹੈ। ਬਿਜਲੀ ਕਾ ਬਿੱਲ ਹਰ ਮਹੀਨੇ 10,000 ਆ ਰਹਾ ਹੈ, ਇੱਕਦਮ 67,000 ਆ ਗਿਆ, ਕਬੀ ਕਬਾਰ ਜ਼ੁਲਮ ਹੋ ਗਿਆ। ਹਾਂਜੀ ਹਾਂਜੀ, ਠੀਕ ਹੈ। ਲੇਕਿਨ ਜਾਨੀ ਸਾਹਿਬ ਗੱਲ ਪਤਾ ਕੀ ਹੈ, ਜਦੋਂ ਟਕੇ ਦਾ ਬੰਦਾ ਆ ਕੇ ਸਾਨੂੰ ਕੋਲੋਂ ਦੀ ਲੰਘ ਕੇ ਚੁੱਡੀ ਵੱਢ ਕੇ ਜਾਂਦਾ। ਅਰੇ ਮੈਂ ਹੂੰ ਨਾ, ਕਿਆ ਕਰ ਰਹੀ ਆ, ਮੈਂ ਹੂੰ ਆਪਕੇ ਪਾਸ, ਅਮੀ ਮੈਂ ਹੂੰ ਨਾ,
ਕਿਸਕਾ ਹੈ ਯੇ ਤੁਮਕੋ ਇਤਨਾ ਟੈਂਸ਼ਨ ਮੈਂ ਹੋਨਾ ਮੈਂ ਵੀ ਫਿਰ ਤੁਹਾਡੇ ਕੋਲ ਹੀ ਰਹਿਣਾ ਵਾ ਨਹੀਂ ਮੇਰੀ ਗੱਲ ਨਹੀਂ ਤੁਸੀਂ ਪਤਾ ਕਿ ਤੁਸੀਂ ਆਪਣਾ ਰੋਣਾ ਠੀਕ ਕਰੋ ਅੱਲਾ ਮਾਫੀ ਦੇਵੇ ਤੁਹਾਡੀ ਜਿਹੜੀ ਆਵਾਜ਼ ਆਪਣਾ ਕੋਇਲ ਵਰਗੀ ਆਵਾਜ਼ ਰੋਣ ਦੀ ਕਿੱਧਰ ਆਉਂਦੇ ਆ ਇਹ ਦੇਖੋ ਆਪਣਾ ਮੈਂ ਹੁਣ ਤੁਹਾਨੂੰ ਕਿਸ ਨਾਮ ਸੇ ਪੁਕਾਰੂ ਕਿਆ ਨਾਮ ਹੈ ਤੁਹਾਡਾ ਕਿਉਂ ਤੁਮਕੋ ਦੇਖਤੇ ਹੀ ਗੁਲਸ਼ਨ ਪਰੀ ਮੇਰਾ ਨਾਮ ਹੈ ਗੁਲਸ਼ਨ ਪਰੀ ਅੱਛਾ ਗੁਲਸ਼ਨ ਪਰੀ ਚ ਕਿੰਨੇ ਨੰਬਰ ਗਲੀ ਚ ਰਹਿੰਦੇ ਤੁਸੀਂ ਅੱਠ ਨੌ ਵਾਰ ਕਰੀਏ ਫੇਰ ਬਣਦਾ ਲਾ 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 ਇਹ ਚਾਰ ਵਾਰੀ ਕਰੋਗੇ ਬਣੇਗਾ ਲਾ 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 ਇਹ ਅੱਠ ਵਾਰੀ ਕਰੋਗੇ ਬਣੇਗਾ ਮੈਂ ਉਹਨਾਂ ਨੂੰ ਗਾਣਿਆਂ ਦੀ ਪਈ ਲੈ ਸਾਡੇ ਤੇ ਜ਼ੁਲਮ ਹੁੰਦੇ ਉਹ ਮੁੰਡੇ ਦਾ ਦੱਸੋ ਜਵਾਨ ਜਵਾਨ ਹਾਂ ਤੇ ਉਹ ਕਦੇ ਨਾ ਕਦੇ ਹੋਇਆ ਹੀ ਸੀ ਤੁਸੀਂ ਆਪਣਾ ਲੈ ਲੈਣਾ ਸੀ ਉਹ ਆਪਣਾ ਵਧਾਈ ਨਾ ਇਹਦੇ ਨਾਲੋਂ ਵੱਡੀ ਜਾਤੀ ਇਹ ਨਾ ਕਿ ਵਧਾਈ ਵੀ ਨੀ ਦਿੱਤੀ ਅੱਛਾ ਤੁਸੀਂ ਕਿਸੇ ਪਾਸਿਓ ਵੀ ਸ਼ੀ ਮੇਲ ਨੀ ਲੱਗ ਰਹੇ ਯਕੀਨ ਕਰੋ ਤੁਸੀਂ ਤਲਾਸ਼ੀ ਲੈਣੀ ਤੁਸੀਂ ਇੱਕ ਬਹੁਤ ਸੋਹਣੀ ਧੀ ਮੇਲ ਲੱਗ ਰਹੇ ਹੋ ਮੈਨੂੰ ਸਦਕੇ ਜਾਵਾ ਲਾਜ਼ਾ ਤੇ ਲਾਡਾ ਨਾਲ ਮੈਂ ਪਾਲੀ ਬੱਚੀ ਹਾਂਜੀ ਤੇ ਸਾਨੂੰ ਉਹ ਪਿਆਰ ਨਹੀਂ ਮਿਲਦਾ ਪਾਇਨ ਸਿੱਧੀ ਗੱਲ ਜਿਹੜੇ ਪੁਰਾਣੇ ਇਹਨਾਂ ਦੇ ਕੋਲ ਹੈਗੇ ਨਾ ਅਸੀਂ ਨਵੇਂ ਆਏ ਸਾਨੂੰ ਰਿਸਪੌਂਸ ਨਹੀਂ ਦਿੰਦੇ ਇਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਸਾਨੂੰ ਕਹਿੰਦੇ ਜਾਓ ਗਲੀਆਂ ਮਹੱਲਿਆਂ 'ਚ ਮੰਗ ਕੇ ਅੱਛਾ ਇਹਨੂੰ ਰਿਸਪੌਂਸ ਮਿਲਣਾ ਚਾਹੀਦਾ ਵੈਸੇ ਲੇਕਿਨ ਅੱਛਾ ਦੇਖੋ ਇੱਕ ਗੱਲ ਹੁੰਦੀ ਆ ਇਹ ਜਿਹੜੀ ਸਾਡੀਆਂ ਔਰਤਾਂ ਨੇ ਨਾ ਮੁਖਤਲਿਫ ਔਰਤਾਂ 'ਚ ਵੀ ਕੁਦਰਤ ਨੇ ਇੱਕ ਚੀਜ਼ ਰੱਖੀ ਕੁਛ ਐਕਸਟਰਾ ਅਟਰੈਕਸ਼ਨ ਹੁੰਦੀ ਹੈ ਤੁਹਾਡੇ 'ਚ ਅਟਰੈਕਸ਼ਨ ਆ ਤੁਸੀਂ ਸ਼ੀ ਮੇਲ ਹੋ ਮੈਂ ਮੇਲ ਦੇ ਕੇ ਗਹਿ ਲਾ ਕੇ ਕਿਸ ਟਾਈਮ ਤੁਹਾਨੂੰ ਮੈਂ ਫਿਰ ਤੁਸੀਂ ਜਿਹੜਾ ਨਾ ਬਾਹਰੋਂ ਸੁਰਗੀ ਲੱਗੀ ਅੰਦਰ ਪੌਣੀ ਪੌਣੀ ਇੰਚੀ ਦਾ ਬੁੱਟ ਹੈ ਇਹਨਾਂ ਦਾ ਉੱਤੇ ਨੂੰ ਬਿਲਕੁਲ ਠੀਕ ਗੱਲ ਕੀਤੀ ਹੈ ਕੈਪਟਨ ਪੀ ਪੀ ਕੇ ਮਾਰਵਲ ਪੀ ਪੀ ਕੇ ਨੇ ਬੇੜੇ ਗਰਕ ਕਰ ਓਏ ਤੂੰ ਸਿਗਰਟ ਇੱਕ ਤੋਂ ਇਹ ਆਪ ਸਮਝਾਏ ਆਪ ਇਨਕੋ ਗੱਲ ਇਹ ਹੈ ਜਾਨੀ ਸਾਹਿਬ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਅੱਜ ਤੋਂ ਬਾਅਦ ਇਸ ਜ਼ੁਲਮ ਦੀ ਅਖੀਰ ਹੋਏਗੀ ਅਖੀਰ ਇੱਕ ਮਿੰਟ ਹੈ ਅੱਛਾ ਤੁਸੀਂ ਕੜੀ ਪੂਰੀ ਮਰਦਾਂ ਲਈ ਥੈਂਕ ਯੂ ਇਹ ਮੈਨੂੰ ਜਮਸ਼ੇਦ ਨੇ ਦਿੱਤੀ ਸੀ ਉਹਨੇ ਕਿਹਾ ਤੁਸੀਂ ਕੋਲ ਰੱਖਣੀ ਮੇਰੀ ਨਿਸ਼ਾਨੀ ਕਰਕੇ ਮੈਂ ਦੱਸਣਾ ਚਾਹੁੰਦੀ ਅੱਜ ਤੋਂ ਬਾਅਦ ਅੰਮੀ ਸਾਡੇ ਤੇ ਜਿਹੜਾ ਵੀ ਜ਼ੁਲਮ ਹੋਇਆ ਜ਼ੁਲਮ ਹੋਇਆ ਜ਼ੁਲਮ ਹੋਇਆ ਉਹਦੀ ਅਸੀਂ ਆਵਾਜ਼ ਬੁਲੰਦ ਕਰਾਂਗੀਆਂ ਬਲਕਿ ਬਦਲਾ ਲਵਾਂਗੀਆਂ ਸਾਨੂੰ ਪਤਾ ਲੱਗ ਗਿਆ ਮੈਂ ਆਪਣੀਆਂ ਚਾਰ ਪੰਜ ਬੱਚੀਆਂ ਕੁੰਗਫੂ ਸਿਖਾ ਦੇਣੀਆਂ ਕਰਾਟੇ ਸਿਖਾ ਦੇਣੇ ਅਸੀਂ ਆਪ ਬਦਲਾ ਲਵਾਂਗੀਆਂ ਆਪਣੇ ਜ਼ੋਰੇ ਬਾਜ਼ੂ ਤੇ ਲੜਾਂਗੇ ਇੱਟ ਦਾ ਜਵਾਬ ਡੰਡੇ ਨਾਲ ਦੇਵਾਂਗੀਆਂ ਹੁਣ ਹਾਂਜੀ ਇੱਟ ਦਾ ਜਵਾਬ ਤੁਸੀਂ ਕਿੰਨਾ ਦਿਓਗੇ ਡੰਡੇ ਨਾਲ ਦੇਵਾਂਗੀਆਂ ਅੱਛਾ ਮੈਨੂੰ ਇਹ ਪਤਾ ਲੱਗਾ ਕਿ ਪਿੱਛੇ ਜੇ ਕੋਈ ਵਾਕਿਆ ਵੀ ਹੋਇਆ ਪਤਾ ਨਹੀਂ ਕੁਛ ਦਿਨ ਪਹਿਲੇ ਹਾਂਜੀ ਕੋਈ ਮਸਲਾ ਬਣਿਆ ਉੱਥੇ ਇਹਨਾਂ ਨੂੰ ਕੀ ਉਹ ਕੋਈ ਮਾਰਿਆ ਸੀ ਉਹਨਾਂ ਨੂੰ ਪਹਿਲੇ ਮੈਂ ਸਦਕੇ ਜਾਵਾਂ ਮਾਈਆਂ ਨੇ ਰਲ ਕੇ ਸਾਰੀਆਂ ਨੇ ਬਦਲ ਲਿਆ ਪਤਾ ਕੀ ਹੋਇਆ ਜਾਨੀ ਸਾਹਿਬ ਗੁਜਰਾਤ ਦੇ ਕੋਲ ਨਾ ਇੱਕ ਖਾਰੀਆਂ ਇਲਾਕਾ ਵਾ ਖਾਰੀਆਂ ਇਲਾਕੇ ਦੇ ਵਿੱਚ ਕਿਤੇ ਨਾ ਪੁਲਿਸ ਵਾਲਿਆਂ ਨੇ ਰਾਹ 'ਚ ਰੋਕੀਆਂ ਦੋ ਪਰੀਆਂ ਪਰੀਆਂ ਨੂੰ ਰੋਕ ਕੇ ਤੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਕਿਹਾ ਸ਼ਨਾਖਤੀ ਕਾਰਡ ਵਿਖਾਓ ਨਾ ਸ਼ਨਾਖਤੀ ਕਾਰਡ ਵੀ ਵਿਖਾਤਾ ਹਰ ਸ਼ੈ ਉਹਨਾਂ ਨੇ ਵਿਖਾ ਛੱਡੀ ਖੋਲ ਖੋਲ ਕੇ ਹਰ ਸ਼ੈ ਦੱਸ ਛੱਡੀ ਵੀ ਆਹ ਵਾਂ ਸੀ ਫਿਰ ਉਹਨਾਂ ਨੇ ਪਤਾ ਕੀ ਚੁੱਕ ਕੇ ਥਾਣੇ ਲੈ ਗਏ ਥਾਣੇ ਲੈ ਕੇ ਜਾ ਕੇ ਉਹਨਾਂ ਵਿਚਾਰੀਆਂ ਪਰੀਆਂ ਦੇ ਨਾਲ ਜ਼ਿਆਦਤੀ ਵੀ ਕੀਤੀ ਉਹ ਤੋਂ ਮਾਰਿਆ ਵੀ ਯਾਰ ਗੁਰੂ ਜੀ ਤੁਸੀਂ ਠਹਿਰ ਜੋ ਮੇਰੀ ਗੱਲ ਸੁਣੋ ਤੁਸੀਂ ਕਿਉਂ ਇਸ ਤਰ੍ਹਾਂ ਤੁਹਾਨੂੰ ਉਸ ਤੋਂ ਬਾਅਦ ਫਿਰ ਸੁਣਿਆ ਉਹਨਾਂ ਨੇ ਜਾ ਕੇ ਕੋਈ ਉੱਥੇ ਆਪਣਾ ਆਪਣੇ ਆਪਣਾ ਕਾਨੂੰਨ ਹੱਥ ਲਿਆ ਕੀ ਕਾਨੂੰਨ
ਵੇਖ ਤੂੰ ਕਿੱਦਾਂ ਦੀ ਗੱਲ ਕਰਦਾ, ਕਾਨੂੰਨ ਹੱਥ ਚ ਲਈਏ ਨਾ। ਇੱਕ ਤਾਂ ਵੇਖ ਨਾ ਰਸਤੇ ਦੇ ਵਿੱਚ ਖਲੋਤੇ ਇਸ਼ਾਰੇ ਤੇ ਖਲੋ ਕੇ ਕਿਸੇ ਨੂੰ ਮਾਰਨਾ ਕੁੱਟਣਾ, ਉਸ ਤੋਂ ਫਿਰ ਦੱਸ ਉੱਥੇ ਲੈ ਜਾਣਾ ਥਾਣੇ ਥਾਣੇ ਲੈ ਕੇ, ਸਵੇਰੇ ਫਿਰ ਸਾਡੀ ਪੂਰੀ ਫੋਰਸ ਗਈ ਪਹੁੰਚ ਗਈ। ਮਾਈਆਂ ਨੇ ਫਿਰ ਇੱਕ ਵਾਰੀ ਮੱਕੂ ਠੱਪਿਆ, ਕਾਨੂੰਨ ਹੱਥ ਚ ਲੈ ਲਿਆ। ਕਾਨੂੰਨ ਤਾਂ ਬਿਲਕੁਲ ਨੀ ਸੀ ਲਿਆ, ਕਾਨੂੰਨ ਉਹਨਾਂ ਨੇ ਕਿਹਾ ਵੀ ਆ ਲੋ ਹੱਥ ਚ ਲੈ ਲੋ, ਯਾਨੀ ਮਤਲਬ ਉਹਨਾਂ ਲੜਾਈ ਆ ਭਾਈ। ਅੱਛਾ, ਤੇ ਉਹਨਾਂ ਨੇ ਵੱਧ ਵਿੱਚ ਸਾਰੀਆਂ ਮਾਈਆਂ ਨੇ ਰਲ ਕੇ ਉਹਨਾਂ ਨੇ ਚੰਗਾ ਕੁੱਟਿਆ, ਏਡਾ ਸੋਹਣਾ ਉਹਨਾਂ ਨੇ ਵਸਾਬ ਸਾ ਮਾਰਿਆ। ਬਰਲੇ ਗੱਲ ਗਲਤ ਕੀਤੀ ਆ, ਚਲੋ ਇੱਕ ਮਿਸਾਲ ਆ, ਇੰਜ ਤੇ ਕੰਮ ਜਿਹੜਾ ਖਰਾਬ ਹੋਣ ਲੱਗ ਪਿਆ ਸਾਡੇ ਮੁਲਕ ਦੇ ਵਿੱਚ। ਹਾਂਜੀ, ਦੇਖੋ ਅੱਗੇ ਕਿਸੇ ਨੇ ਇੱਕ ਵਾਕਿਆ ਸੁਣਿਆ ਸੀ ਕਿ ਕਿਸੇ ਨੇ ਕੋਈ ਸ਼ੇਖੂਪੁਰੇ 'ਚ ਮਸਲਾ ਬਣਿਆ, ਉੱਥੇ ਉਹ ਇੱਕ ਬੱਚੇ ਦੇ ਵਾਲਦ ਨੂੰ ਕੋਈ ਮਸਲਾ ਬਣਿਆ, ਉਹਨੇ ਉਹ ਕੰਮ ਅੱਗੋਂ ਬਦਲਾ ਲੈ ਲਿਆ, ਹੁਣ ਤੁਹਾਡਾ ਨਾ ਬਣਿਆ, ਤੁਸੀਂ ਏਦਾਂ ਤੇ ਫਿਰ ਅਸੀਂ ਕਾਨੂੰਨ ਆਪੇ ਹੀ ਹੱਥ ਚ ਲਈ ਜਾਵਾਂਗੇ ਸਾਰੇ ਹੀ, ਹੋ ਜਾਏਗਾ ਅਸੀਂ ਫਿਰ ਬਦਲੇ ਲਈ ਜਾਵਾਂਗੇ, ਏਦਾਂ ਤੇ ਫਿਰ ਇਹ ਤੇ ਫਿਰ ਸ਼ੁਰੂ ਹੋ ਜਾਏਗਾ ਵੀ ਜਿਸ ਕੀ ਲਾਠੀ ਉਸਕੀ ਉਸਕਾ ਸ਼ੀਮੇਲ। ਤੁਹਾਡੀ ਮਿਸਾਲਾਂ ਤੇ ਮੈਂ ਸਦਕੇ ਜਾਵਾਂ। ਮੈਂ ਤੈਨੂੰ ਇੱਕ ਗੱਲ ਪੁੱਛਾਂ, ਜੇ ਸਾਡੀ ਜਗ੍ਹਾ ਤੇ ਤੁਸੀਂ ਹੁੰਦੇ ਤੁਸੀਂ ਕੀ ਕਰਦੇ? ਪੁੱਛ ਮੀਦਰ ਇਹਨਾਂ ਦੇ ਕੋਲੋਂ। ਮੈਂ ਸ਼ੀਮੇਲ ਹੁੰਦਾ ਤੇ ਮੈਂ ਤੁਹਾਡੀ ਜਗ੍ਹਾ ਤੇ ਹੁੰਦਾ ਤੇ ਮੈਂ ਅਗਲੇ ਦਿਨ ਫਿਰ ਉੱਥੋਂ ਲੰਘਣਾ ਸੀ। ਨਹੀਂ, ਉਹਨਾਂ ਨੇ ਪਤਾ ਕੀ ਕੀਤਾ, ਜਦੋਂ ਮਾਰਿਆ ਕੁੱਟਿਆ ਤੇ ਫੇਰ ਕਾਨੂੰਨ ਹੱਥ ਚ ਲਿਆ ਵਾ, ਵੈਸੇ ਕੁਛ ਨੀ ਕੀਤਾ, ਤੇ ਅਸੀਂ ਹੁਣ ਦਰਦਾਂ ਮਾਰ ਕੇ ਜਾਈਏ ਕਿੱਥੇ? ਇਹਨਾਂ ਬੱਚਿਆਂ ਨੀ ਪੂਰਾ ਪਿੰਡ ਵੇਲਾ ਕਰਨ ਵਾਲੀ ਇਹ ਫਲੂਟ ਚੱਲ ਰਹੀ ਆ। ਗੁਰੂ ਜਿਹੜਾ ਹੁੰਦਾ ਹੈ ਇਹਨਾਂ ਪਰੀਆਂ ਨੂੰ, ਇਹਨਾਂ ਨਾਜ਼ੁਕ ਚਿੜੀਆਂ ਨੂੰ ਮਾਂ ਦੀ ਤਰ੍ਹਾਂ, ਇੱਕ ਮਾਸੂਮ ਮੁਰਗੀ ਦੀ ਤਰ੍ਹਾਂ ਆਪਣੇ ਪੰਖਾਂ ਨੂੰ ਥੱਲੇ ਰੱਖ ਲੈਂਦਾ। ਜਦੋਂ ਕਿਤੇ ਬਾਰਿਸ਼ ਆਉਂਦੀ ਹੈ ਜਾਂ ਸਰਦੀ ਚੱਲਦੀ ਹੈ, ਇਹਨਾਂ ਬੱਚਿਆਂ ਨੂੰ ਤੱਤੀ ਬਹਾ ਨਹੀਂ ਲੱਗਣ ਦਿੰਦਾ, ਤੇ ਮੌਕਾ ਪਏ ਤੇ ਬੱਚੀਆਂ ਗੁਰੂ ਦੀ ਖਾਤਰ ਜਾਨ ਮਾਰ ਦਿੰਦੀਆਂ। ਗੁਰੂ ਆ ਸਾਨੂੰ ਖਰੀਦਿਆ ਇਹਨਾਂ ਨੇ, ਸਾਡੇ ਉਹ ਦਾਦਾ ਗੁਰੂ ਆ। ਦਾਦਾ ਗੁਰੂ ਪਰ ਦਾਦਾ ਗੁਰੂ, ਹਾਂਜੀ ਇਹ ਇਹਨਾਂ ਦੀ ਚੇਲਾ ਵਾ, ਮੈਂ ਇਹਨਾਂ ਦੀ ਚੇਲਾ ਵਾ, ਆਹ ਮੇਰੀ ਚੇਲਾ ਵਾ। ਅੱਛਾ, ਇਹ ਚੇਲਾ ਵੀ ਆ ਤੇ ਸਾਡਾ ਤਾਇਆ ਵੀ ਆ। ਅੱਛਾ, ਅਗਰ ਮੈਂ ਇਹਨਾਂ ਨੂੰ ਆਵਾਜ਼ ਮਾਰਦੀ ਆ ਨਾ ਤੇ ਮੈਂ ਇਸ ਲੈਵਲ ਨਾਲ ਮਾਰਦੀ ਆ, ਯਾਨੀ ਉਹ ਗੁਰੂ ਮੇਨ ਨੇ, ਤੇ ਮੈਂ ਇਹਨਾਂ ਨੂੰ ਕਹਿਣਾ ਹਾਏ ਗੁਰੂ ਚੇਲਾ। ਅੱਛਾ, ਗੁਰੂ ਚੇਲਾ, ਜੇ ਇਹਨਾਂ ਨੇ ਮੈਨੂੰ ਆਵਾਜ਼ ਮਾਰਨੀ ਆ ਤੇ ਕੱਲਾ ਚੇਲਾ ਹੀ ਕਹਿਣਾ ਵਾ, ਤੇ ਜੇ ਮੈਂ ਮਾਰਨੀ ਆ ਤੇ ਤੁਸੀਂ ਨੋਨੀ ਕਹਿਣਾ ਵਾ। ਅੱਛਾ, ਮੈਂ ਨੋਨੀ, ਓਕੇ, ਨੋਨੀ ਕਹੋਗੇ ਤੇ ਮੈਂ ਸਿੱਧਾ ਸਿੱਧਾ ਉਹਨੇ ਆ ਜਾਣਾ। ਅੱਛਾ, ਮੇਰੀ ਗੱਲ ਸੁਣੋ, ਇੱਕ ਗੱਲ ਪੁੱਛਾਂ ਬੱਚ ਜੀ,
ਗੱਲ ਪਤਾ ਕੀ ਹੈ, ਜੇ ਪਾਕਿਸਤਾਨ ਦੇ ਵਿੱਚ ਇੱਕ ਕਾਨੂੰਨ ਨਾ ਨਾ ਪਾਸ ਹੋਇਆ, ਦੇਖੋ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਜਿਹੇ ਸ਼ੀ ਮੇਲ ਨੇ ਦੂਸਰੇ ਮੁਲਕਾਂ ਚ ਜਾਂਦੇ, ਜਿਹੜੀਆਂ ਪਾਸ ਕਿਉਂ ਨੀ ਹੋਣਾ, ਸਾਰੀਆਂ ਮਾਈਆਂ ਨਿਕਲੀਆਂ ਨੇ, ਅਸੀਂ ਆਪਣੇ ਹਕੂਕ ਦੀ ਗੱਲ ਲੜਾਂਗੇ, ਕਿਉਂ ਨੀ ਪਾਸ ਹੋਣਾ ਕਾਨੂੰਨ? ਨੀ ਮਾਈਓ ਨਿਕਲੋ, ਨੀ ਮਾਈਓ, ਮੈਂ ਸ਼ੇਖਪੁਰੇ ਵਾਲੀ, ਖੋਇਆ ਨੀ ਮਲਾਈ ਵਾਲੀ, ਇਹ ਤੱਤੜੀ ਖੂੰਜ ਮਲਾਰਾਂ ਦੀ, ਮਾਈਓ ਸਾਰੀਆਂ ਆ ਕੇ ਇਕੱਠੀਆਂ ਹੋ ਜਾਓ ਤੇ ਕਾਨੂੰਨ ਪਾਸ ਕਰਾਓ। ਅੱਛਾ ਇੱਕ ਮਿੰਟ, ਇੱਧਰ ਦੇਖੋ ਇਹਦੀ ਸ਼ਕਲ ਵੇਖੋ ਗੌਰ ਦੇ ਨਾਲ, ਤੁਸੀਂ ਇਹਦੇ ਤੇ ਜ਼ੁਲਮ ਨੀ ਕਰ ਰਹੇ, ਇਹਨੂੰ ਛੱਡੋ, ਇਹਨੂੰ ਆਜ਼ਾਦ ਕਰੋ। ਕਿੰਨੇ ਦੀ ਖਰੀਦੀ ਤੂੰ? 2000 ਦੀ। ਮੈਂ ਨੀ ਹੁਣ ਇਹਦੇ ਨਾਲ ਨੀ ਭਜਾਣਾ, ਯਕੀਨ ਹੈ ਨੋਟ ਵੀ ਪੁਰਾਣੇ ਹੋਣੇ ਔਰ ਪਾਟੇ ਵੀ ਹੋਣੇ। ਅੰਮੀ ਅੰਮੀ ਦੇ ਨਾਲ ਮੈਂ ਇੱਕ ਨੋਟ ਨੂੰ ਹੀ ਟੇਪ ਲੱਗੀ ਸੀ, ਬਾਕੀ ਦੂਸਰਾ ਤੇ ਸਹੀ। 2000 ਦੇ ਵਿੱਚ ਵਿਕ ਗਈ। ਜਿਹੜੇ ਹੋਰ ਰੋਲੇ ਪੈਂਦੇ, ਅੰਮੀ ਮੈਨੂੰ ਲਿਆਂਦੀ ਆ, ਅੰਮੀ ਦਾ ਪਤਾ ਕਿੰਨਾ ਹੱਥ ਪੈਂਦਾ ਮੇਰੀ ਅੰਮੀ ਦਾ। ਆਏ ਅੰਮੀ ਤੇ ਵੀ ਤੇ ਤੇਰਾ ਮੇਰੇ ਕਰਕੇ ਬਣੀ ਆ, ਤੈਨੂੰ ਤੇ ਆਪ ਫੜ ਕੇ ਲੈ ਜਾਂਦੇ ਅੰਦਰ ਕਰ ਦਿੰਦੇ, ਬਾਅਦ ਚ ਤੂੰ ਆਉਂਦੀ ਨੀ, ਅੰਦਰੋਂ ਆਉਂਦੀ ਨੀ, ਆਉਂਦੀ ਨੀ। ਮੈਂ ਅੰਮੀ ਦੇ ਨਾਲ ਹੀ ਸੈਟਲ ਹੋਣਾ, ਜਿਹੜੇ ਵੀ ਅਦਾਰੇ ਚ ਭੇਜੇਗੀ ਮੇਰੀ ਅੰਮੀ ਨੇ ਭੇਜਣਾ। ਤੂੰ ਜਾ, ਤੂੰ ਅੱਗੇ ਕਿਹੜਾ ਮੇਰੇ ਨਾਲ ਹੀ ਫਿਰਦੀ, ਮੈਂ ਅੰਮੀ ਦੇ ਨਾਲ, ਅੰਮੀ ਮੈਨੂੰ ਪੈਸੇ ਵੀ ਦੇ। ਹਾਂਜੀ, ਉਹ ਨਾਲੇ ਸ਼ੀ ਮਿਲਦੀ ਹੈਗੀ ਹੈ, ਹਸੂਲੇ ਬਰਕਤ ਲਈ ਰੱਖੀ। ਉਹ ਵਿੱਚ ਵਿੱਚ ਜਦੋਂ ਸਾਡੇ ਕੈਰੀ ਡੱਬੇ ਵਾਲਾ ਜਾਂ ਰਕਸ਼ੇ ਵਾਲਾ ਨਹੀਂ ਨਾ ਆਉਂਦਾ ਭਾਈ, ਉਹ ਅੰਮੀ ਫਿਰ ਮੈਨੂੰ ਕਹਿੰਦੀ ਰਕਸ਼ਾ ਚਲਾ, ਮੈਂ ਚਲਾ ਲੈ। ਅੱਛਾ ਤੂੰ ਰਕਸ਼ਾ ਵੀ ਚਲਾ ਲੈਂਦੀ? ਹਾਂਜੀ, ਫਿਰ ਜਦੋਂ ਨਹੀਂ ਕਿਤੇ ਕੰਮ ਦੇ ਟਾਈਮ ਨਹੀਂ ਕਿਸੇ ਨੇ ਆਉਣਾ, ਡਰਾਈਵਰ ਨੇ, ਫਿਰ ਮੈਂ ਅੰਮੀ ਮੈਨੂੰ ਕਹਿੰਦੀ ਮੈਂ ਚਲਾ ਲੈਂਦੀ। ਔਰ ਇਹ ਮੇਰੀ ਬੱਚੀ ਏਡੀ ਬਾ ਵਫਾ, ਯਕੀਨ ਮੈਨੂੰ, ਕੈਂਚੀ ਲੋ ਚਲਾਉਂਦੀ, ਚਿੰਗਸੀ ਰਕਸ਼ਾ, ਕੈਂਚੀ। ਹਾਂਜੀ, ਤੂੰ ਤੁਹਾਡੇ ਕੋਲ ਚਿੰਗਸੀ ਵੀ ਆਪਣਾ ਹੈਗਾ? ਦੋ ਰਕਸ਼ੇ ਨੇ ਆਪਣੇ, ਮੈਂ ਤਰੀਕ ਤੇ ਦਿੱਤੇ ਨੇ। ਅੱਛਾ, ਬਸ ਮੈਂ ਅੱਲਾ ਦੀ ਨਾਮਤ ਨੇ ਹਾਲਾਂਕਿ ਤੁਹਾਡਾ ਕੋਈ ਤਲਕ ਨਹੀਂ ਤਰੀਕ ਨਾਲ, ਦੂਰ ਦੂਰ ਤੱਕ। ਕਿਉਂ? ਉਹ ਤੁਸੀਂ ਸਵੇਰੇ ਉੱਠੋ, ਰਾਤ ਨੂੰ ਜਾਓ, ਜਿੱਥੇ ਮਰਜ਼ੀ ਫਿਰੋ, ਤੁਹਾਨੂੰ ਕੀ ਵੀ ਅੱਜ 16 ਤਰੀਕ ਆ, 18 ਤਰੀਕ ਆ, 20 ਤਰੀਕ? ਨਹੀਂ ਉਹ ਨਹੀਂ ਤਰੀਕ, ਜਿਹੜੀ ਤਰੀਕ ਤੇ ਪੈਸੇ ਦੇਈਦੇ ਆ, 300 ਰੁਪਇਆ, 400 ਰੁਪਇਆ ਡੇਲੀ ਦਾ ਰਿਕਸ਼ਾ। ਅੱਛਾ, ਦਿਹਾੜੀ? ਹਾਂਜੀ, ਮੇਰੀ ਅੰਮੀ ਦਾ ਨਾ ਇੱਕ ਆਪਣਾ ਕਨਵੇਸ ਆ, ਉਹਦੀ ਮੇਰੀ ਅੰਮੀ ਦਾ ਆਪਣਾ ਰਿਕਸ਼ਾ ਵੀ ਆ, ਉਹ ਜਿਹਦੀ ਇੱਦਾਂ ਕਰਕੇ ਕਿ ਇੱਕ ਮਾਰੀ ਦੀ ਆ। ਅੱਛਾ, ਹਾਂਜੀ, ਉਹ ਮੈਂ ਚਲਾ ਲੈ। ਡਾਂਸ ਤੈਨੂੰ ਆਉਂਦਾ? ਅੰਗ ਪਾਟਣ ਵਾਲਾ ਤੇ ਕੋਈ ਚੀਜ਼ ਹੋਵੇ ਪਾਟਦੀ, ਤੇਰੇ ਅੰਗ ਤੇ ਇੱਕ ਮਾੜੀ ਮੋਟੀ ਲਸਰ ਲੁਸਰੀ ਪੈਂਦੀ ਹੋਣੀ ਹੈ। ਅੰਗ ਖੁੱਲਿਆ ਆ ਮੇਰਾ, ਮੈਂ ਤੇਰੇ ਘਰੇ ਦੀ ਮੱਛੀ ਆ, ਉਹ ਬਿਜਲੀ ਬਿਜਲੀ, ਮੈਂ ਸਾਰੇ ਗਾਣੇ ਅੰਮੀ ਨੇ ਮੈਨੂੰ। ਅੱਛਾ ਜੀ, ਤੁਹਾਨੂੰ ਨਾਲ ਲੈ ਕੇ ਜਾਂਦੇ ਹਰ ਫੰਕਸ਼ਨ ਤੇ? ਮੇਰਾ ਅੰਗ ਖੁੱਲਿਆ, ਨਾਲ ਨਹੀਂ ਮੈਨੂੰ ਲੈ ਕੇ ਜਾਂਦੇ ਫਿਰ? ਹਾਂਜੀ, ਆਹ ਜਿਹੜੀ ਮੇਮਾ ਤੇ ਆਹ ਜਿਹੜੀ, ਇਹ ਦੋਵੇਂ ਹੀ ਮੇਰੇ ਖਿਲਾਫ ਇਹ ਕੀ ਕਰਦੀਆਂ? ਮੈਂ ਗਈ ਅੰਮੀ ਤੇ, ਮੈਨੂੰ ਨਹੀਂ ਇੰਨੇ ਲੋਕੀ ਲਾਈਕ ਕਰਦੇ ਹੈ, ਇਹ ਦੋਵੇਂ ਜਾਣੀਆਂ ਆਪ ਅੱਗੇ ਹੁੰਦੀਆਂ, ਜਿਹੜਾ ਕੋਈ ਅੱਛਾ ਪ੍ਰੋਗਰਾਮ ਆਉਂਦੀਆਂ ਆਪ ਚਲ ਜਾਂਦੀਆਂ, ਜਿਹੜਾ ਕੋਈ 700-800 ਵਾਲਾ ਸਾਥ ਰਹੀ ਵਾਲਾ ਕੰਮ ਹੁੰਦਾ ਆ, ਉੱਥੇ ਮੈਨੂੰ ਭੇਜ ਦਿੰਦੀ। 700-800 ਚ ਨੂੰ ਹਲਾਲ ਕਿੰਨੇ ਘੰਟੇ ਨੱਚਦੀ ਤੂੰ ਉੱਥੇ? ਯਾਦ ਹੀ ਨੀ ਰਹਿੰਦਾ, ਬੇਹੋਸ਼ ਹੁੰਦੀ ਆ, ਅੰਮੀ ਲਿਆਂਦੀ ਚੁੱਕ ਕੇ ਫੇਰ ਮੈਨੂੰ। ਹਾਂਜੀ, ਜਿਹੜੇ ਫੰਕਸ਼ਨ ਤੇ ਜਾਂਦੀ ਸ਼ਰਮ ਕਰੋ। ਵੈਸੇ ਗੁਰੂ ਜੀ, ਤੁਸੀਂ, ਤੁਹਾਡੇ ਲਈ ਸਾਰੀਆਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ। ਇਹ ਬੱਚੀ ਤੇ ਕੁਛ ਵੀ ਨੱਚੀ, ਤੁਸੀਂ ਯਕੀਨ ਮੰਨੋ 26-26 ਘੰਟੇ ਨੱਚੀ ਆ। ਮੈਂ ਕਦੇ ਟੈਨਸ਼ਨ ਲਈ, ਜੋ ਨੱਚਦਾ ਹੈ ਵਹੀ ਦਿਖਤਾ ਹੈ। ਠੀਕ ਜੀ, ਠੀਕ। ਮੈਂ ਨਾ ਤੁਹਾਨੂੰ ਸਹੀ ਗੱਲ ਦੱਸਾਂ, ਇਹਦਾ ਮਸਲਾ ਵਾ ਬਾਜੀ, ਇਹ ਨਾਚ ਵੀ, ਨਾਚ ਵੀ ਜਾਣੇ, ਆਂਗਨ ਟੇੜਾ ਵੀ ਹੋਵੇ ਤੇ। ਅੱਛਾ ਅੱਛਾ, ਤੁਸੀਂ ਯਾਰ, ਮੈਂ ਇਹਨਾਂ ਨੂੰ ਡਾਂਸ ਤੁਸੀਂ ਆਉਂਦਾ ਤੁਹਾਨੂੰ ਕੋਈ ਗਾਣਾ, ਕੋਈ ਮੈਡਮ ਨੂਰ ਜਾਂ ਕੋਈ? ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇ ਮੈਡਮ ਨੂਰ, ਤੂੰ ਜੇ ਮੇਰੇ। ਹਾਂਜੀ, ਜਰਾ ਤੁਸੀਂ ਗਾਣਾ ਜਰਾ ਦੱਸੋ। ਤੂੰ ਜੇ ਮੇਰੇ ਹਮੇਸ਼ਾ ਕੋਲ ਰਵੇ, ਮੈਂ ਦੁਨੀਆ ਨੂੰ ਕਹਿ ਦੇਵਾਂ ਪਰੇ ਪਰੇ, ਦਿਲ ਦੇ ਕੇ ਦੁਨੀਆ ਤੋਂ ਕੌਣ ਡਰੇ, ਦਿਲ ਦੇ ਕੇ ਦੁਨੀਆ ਤੋਂ ਕੌਣ ਡਰੇ, ਪਿਆਰ ਮੇਰੀ ਜ਼ਿੰਦਗੀ ਹੋਰ ਮੇਰੇ ਕੋਲ ਕੀ ਦੱਸਵੇਂ।
ਹਮੇਸ਼ਾ ਕੋਲ ਬਸ ਬਸ ਇਹ ਇਹ ਕਿਹੜਾ ਹੁੰਦਾ ਡਾਂਸ ਨਹੀਂ ਇਹ ਪਤਾ ਕੀ ਗੱਲ ਆ ਇਹਨੂੰ ਤੁਸੀਂ ਥੋੜਾ ਜਿਹਾ ਨਾ ਜਿਹੜਾ ਜਿਹੜਾ ਅਸਲ ਹੁੰਦਾ ਖਵਾਜਾ ਸਰਾ ਵਾਲਾ ਡਾਂਸ ਜਿਹੜਾ ਹੁੰਦਾ ਉਹ ਸਿਖਾਓ ਇਹ ਤੇ ਇੰਗਲਿਸ਼ ਸਟੈਪ ਨੇ ਸਾਰੇ ਪਰ ਦੇਖੋ ਨਾ ਤੁਸੀਂ ਸਾਲ ਆ ਤੂੰ ਜੇ ਮੇਰੇ ਇਸ ਲਈ ਪਿੱਛੇ ਆ ਬਸ ਤੁਸੀਂ ਨਾ ਤੁਹਾਡੀ ਮਿਹਰਬਾਨੀ ਤੁਹਾਡੇ ਕੋਲ ਆਉਣ ਦਾ ਕੋਈ ਫਾਇਦਾ ਹੋ ਜਾਏ ਜਾਂ ਚੈਨਲ ਬਣਾ ਦਿਓ ਜਾਂ ਚਾਰ ਸ਼ਹਿਦ ਸ਼ੈਂਪੂ ਦਾ ਨਹੀਂ ਨਹੀਂ ਚਾਰ ਸ਼ਹਿਦ ਸ਼ੈਂਪੂ ਦਾ ਨਹੀਂ ਕੰਮ ਚਾਰ ਦਾ ਤੇ ਤੁਹਾਨੂੰ ਕੋਈ ਫਾਇਦਾ ਹੀ ਨਹੀਂ ਹੋਣਾ ਗਲਾ ਖਰਾਬ ਕਰੋਗੇ ਤੁਸੀਂ ਆਪਣੇ ਐਵੇਂ ਤੁਸੀਂ ਗਾਉਣਾ ਹੁੰਦਾ ਵਾ ਹਾਂ ਵੀ ਠੀਕ ਹੈ ਠੀਕ ਹੈ ਨਾ ਸਾਡੀ ਇੱਕ ਹੋਰ ਭੈਣ ਆ ਅੱਛਾ ਜੀ ਤੁਹਾਨੂੰ ਸਾਡੀ ਇੱਕ ਭੈਣ ਨਾਲ ਮਿਲਾਈਏ ਕਿਸਮੇ ਔਰ ਯਕੀਨ ਕਰੋ ਕਿ ਉਹਦੇ ਤੇ ਲੋਕੀ ਫਿਦਾ ਹੋ ਜਾਂਦੇ ਮਰ ਜਾਂਦੇ ਨੇ ਉਹ ਵੀ ਨਾਲ ਆਈ ਹੈ ਨਾਲ ਆਈ ਹੈ ਤੇ ਉਹਨੂੰ ਵੇਖ ਕੇ ਕਸਮੇ ਉਹ ਜਿਹੜਾ ਅਰਬੀ ਆਇਆ ਸੀ ਨਾ ਦੱਸ ਹਾਂ ਅਰਬੀਆਂ ਨੇ ਇੰਜਨ ਜਾਂ ਇੰਜਨ ਜਿਹੜੇ ਪਈਏ ਸੁੱਟੇ ਤੇ ਕਹਿੰਦੇ ਸੀ ਚੁੱਪ ਹਾਏ ਅੱਛਾ ਜੀ ਲੈ ਜਿਹੜੀ ਜੀ ਬਹੁਤ ਸੋਹਣੀ ਮੈਨੂੰ ਕਿਉਂ ਲੱਗਦਾ ਕਿ ਤੁਸੀਂ ਇਹਦਾ ਚੈਨਲ ਬਣਾ ਦੇਣਾ ਹੈ ਤੱਕ ਚੰਨ ਪਿਆ ਜਾਂਦਾ ਏ ਹਾਏ ਤੱਕ ਚੰਨ ਪਿਆ ਜਾਂਦਾ ਏ ਵੇਖ ਵੇਖ ਮੇਰੇ ਚੰਨ ਨੂੰ ਹਾਏ ਹਾਏ ਹੀਰ ਇਹਨੂੰ ਪਹਿਲੇ ਸਿਖਾਓ ਇੱਥੇ ਕੱਟ ਨਹੀਂ ਸੀ ਹੈ ਵੇਖ ਵੇਖ ਮੇਰੇ ਚੰਨ ਨੂੰ ਪਿਆ ਮੈਨੂੰ ਮੇਰੇ ਨਾਲ ਲੱਗਣੀ ਏ ਓ ਮੈਨੂੰ ਮੇਰੇ ਨਾਲ ਸਜਣੀ ਏ ਕੀ ਮੈਂ ਤਾਰੀਫ ਕਰਾਂ ਆਏ ਆਏ ਹੀਰੇ ਅਰਬੀ ਚੁੱਕ ਕੇ ਲੈ ਚੱਲੇ ਸੀ ਇੱਕ ਅਰਬੀ ਤੇ ਝੁੱਗੀ ਦੇ ਗੇੜੇ ਲੈ ਤੈਨੂੰ ਸ਼ਰਮ ਹਜ਼ਾ ਕੋਈ ਨੀ ਤੇ ਤੈਨੂੰ ਨੀ ਪਤਾ ਵੀ ਇੱਥੇ ਗੈਰ ਮਰਦ ਬੈਠਾ ਵਾ ਮੈਂ ਉਹੀ ਗੱਲ ਹੋਈ ਦੇਖਿਆ ਮੈਂ ਤੈਨੂੰ ਕਿਹਾ ਸੀ ਇਹਨੂੰ ਬੈੱਡ ਰੈਸਟ ਵਾ ਆ ਬਾਕੀ ਚੀਜ਼ਾਂ ਮੈਂ ਲਾ ਲੈਂਦਾ ਫਿਰ ਆ ਮੈਨੂੰ ਦੇ ਦੇ ਸਾਰਾ ਕੁਛ ਓ ਭਾਜੀ ਗੁਰੂ ਜੀ ਚੱਲ ਇੰਟਰ ਦੇ ਉੱਠ ਜਾ ਇੱਥੋਂ ਨਾ ਮੁਰਾਦੇ ਦਫਾ ਹੋ ਰਹੀ ਮਰ ਕੇ ਤੇ ਜਾ ਚਲਾਈ ਮਾਰ ਦੇਣੀ ਸੀ ਤੁਸੀਂ
ਇੱਥੇ ਬਹਿ ਜਾ ਨਹੀਂ ਤੈਨੂੰ ਭੇਜ ਓ ਯਾਰ ਤੂੰ ਇਹੋ ਜਿਹੇ ਬੰਦੇ ਨਹੀਂ ਫਿਰਦੇ ਤੁਸੀਂ ਅਖੇ ਤੇ ਸਵਾਹ ਤੁਹਾਨੂੰ ਕੋਈ ਪ੍ਰੋਗਰਾਮ ਆਉਣੇ ਆ ਅਰਬੀ ਲੈ ਚੱਲੇ ਸੀ ਇਹਨੂੰ ਅਰਬੀ ਮੰਗਦੇ ਸੀ ਓਏ ਅਰਬੀ ਇਹਨੂੰ ਕਿੱਥੇ ਲੈ ਚੱਲੇ ਸੀ ਇਹਨੂੰ ਕਿਤੇ ਅਰਬੀ ਪਾ ਇਹਨੂੰ ਕਿਤੇ ਗੋਸ਼ਤ ਚ ਏਡੀ ਸੋਹਣੀ ਬਾਜੀ ਹੈ ਬਾਜੀ ਪੈ ਜਾ ਸਿਰਫ ਤੇਰੀ ਵਜ੍ਹਾ ਨਾਲ ਸਿਰਫ ਤੇਰੀ ਵਜ੍ਹਾ ਨਾਲ ਮੈਂ ਬਰਦਾਸ਼ਤ ਕਰ ਰਿਹਾ ਇਹਨੂੰ ਵੀ ਤੇ ਇਹਨੂੰ ਵੀ ਮੈਨੂੰ ਕਾਹਤੋਂ ਬਰਦਾਸ਼ਤ ਕਰਦੇ ਤੈਨੂੰ ਹੋਰ ਅੱਛਾ ਤੇਰੇ ਵੱਲ ਵੇਖ ਕੇ ਇਸ ਤੋਂ ਇਲਾਵਾ ਆਪਸ਼ਨ ਹੀ ਕੋਈ ਨੀ ਬੰਦੇ ਕੋ ਵੀ ਤੈਨੂੰ ਬਰਦਾਸ਼ਤ ਕਰਨਾ ਸਿਰਫ ਹੋਰ ਤੈਨੂੰ ਕੀ ਕਰਾਂ ਮੈਂ ਦੇਖ ਲੈ ਅਮੀ ਦੇਖ ਲੈ ਮੈਂ ਇਸ ਕੰਮ ਚੋਂ ਭਾਜੀ ਆ ਚੁੱਪ ਕਰ ਜਾ ਨੀ ਮਰਨੀ ਏ ਅੱਧਾ ਰੋੜਾ ਖਾਣ ਵਾਲੀ ਏ ਚੁੱਪ ਕਰ ਜਾ ਮੈਂ ਗੱਲ ਕਰ ਨਹੀਂ ਰਹੀ ਇਹ ਜਿਹੜੀ ਮੇਰੀ ਬੱਚੀ ਹੈ ਨਾ ਉਹ ਭਾਜੀ ਇਹਨਾਂ ਤੇ ਦੱਸੋ ਇਹ ਤੇ ਕਿੱਡੀ ਫ੍ਰੀ ਮੇਰੇ ਨਾਲ ਭਾਜੀ ਕੌਣ ਹੋ ਅਮੀ ਦੇ ਦੇ ਮੈਂ ਵੈਸੇ ਹੀ ਉਹ ਕਿਹਾ ਨਾ ਇੱਕਦਮ ਕਿ ਵੀ ਮੈਡਮ ਇਹਦਾ ਤੇ ਦੱਸੋ ਨਾ ਬੱਚਾ ਕੀ ਆ ਲੈ ਗੱਡੀਆਂ ਦੇ ਪਿੱਛੇ ਅਲ ਪਾਕਿਸਤਾਨ ਲਿਖ ਕੇ ਮਗਰ ਮਗਰ ਫਿਰਦੇ ਸੀ ਇਸ ਮੇਰੀ ਬੱਚੀ ਨੇ ਜਲਦੀ ਫਾਰਿਗ ਕਰ ਦੇਣਾ ਥਰੈਸ਼ਰ ਤੇ ਬੰਦਾ ਕੋਈ ਨੀ ਹੈਗਾ ਇਹਨੇ ਭਰੀਆਂ ਪਾਉਣੀਆਂ ਜੀ ਇਹ ਗੱਲ ਉਹਨੂੰ ਕਹੋ ਮੇਰੀ ਜਾਨ ਛੱਡੇ ਮੈਨੂੰ ਫਾਰਕ ਕਰੇ ਤੇ ਨਿਕਲੇ ਇੱਥੋਂ ਦਫਾ ਹੋ ਜਾ ਜਲਦੀ ਚੱਲ ਚੱਲ ਕੇ ਅੱਲਾ ਇਹਦਾ ਸ਼ੈਂਪੂ ਨੀ ਹੈਗਾ ਤੁਹਾਡੇ ਕੋਲ ਇਹ ਚੰਗਾ ਕੀਤਾ ਤੁਸੀਂ ਸਟਾਰ ਤੇ ਨਾਲ ਲੈ ਕੇ ਆਏ ਉਤੋਂ ਕੈਮਰੇ ਵਾਲੇ ਪ੍ਰੋਗਰਾਮ 'ਚ ਨੀ ਇਹੋ ਜੀ ਲੈ ਆਈਦੀ ਹੁੰਦੀ ਨਾਲ ਨੀ ਦਫਾ ਹੋ ਜਾ ਗੜੀ ਵੇਖ ਉਹਦੇ ਤੁਸੀਂ ਜਜ਼ਬਾਤ ਉਹ ਵੇਖ ਸਿਰ ਤੇ ਬਿਛੂ ਰੱਖਿਆ ਉਹਨੇ ਬਏ ਗਾਂ ਨਾ ਹੋਈ ਗਾਂ ਨਾ ਹੋਈ ਗਾਂ ਵਾਲਾ ਕੋਈ ਕੰਮ ਨੀ ਮੈਨੂੰ ਤੇਰੇ ਨਾਲ ਪਰੇ ਹੋ ਜਾ ਓਏ ਨਾ ਓਏ ਪਰੇ ਨੀ ਇਹਨੂੰ ਪਰੇ ਕਰੀ ਭਾਜੀ ਆਪਣਾ ਹੈਲੋ ਭਾਜੀ ਕੀ ਨਾਮ ਤੂੰ ਨਾਲੇ ਮਾਈਓ ਨਾ ਕਿਆ ਕਰ ਤੂੰ ਕਿਆ ਕਰ ਗੁਲਸ਼ਨ ਰਾਵੀ ਇਹਨੂੰ ਪਰੇ ਕਰ ਗੁਲਸ਼ਨ ਪਰੀ ਇਹਨੂੰ ਪਰੇ ਇਹਨੂੰ ਪਰੇ ਕਰ ਪਰੀ ਇੱਧਰ ਆ ਨੀ ਉੱਠ ਕੇ ਇੱਧਰ ਆ ਨੀ ਉੱਠ ਜਾ ਨੀ ਉੱਠ ਜਾ ਢੇਡੀਏ ਤੂੰ ਵੀ ਬੈਠੀ ਰਹਿਣੀ ਮੇਰੇ ਪੈਰਾਂ ਦੀ ਲੱਚੀ ਲੱਗੀ ਸੱਜਣਾ ਨੂੰ ਮਾਂ ਤੂੰ ਨਾ ਗਾਇਆ ਕਰ ਇਹ ਗਲੇ ਦਾ ਆਪਰੇਸ਼ਨ ਕਰਵਾਉਣਾ ਮੇਰੇ ਪੈਰਾਂ ਦੀ ਨੱਥੀ ਮੈਨੂੰ ਨੀ ਡਾਂਸ ਦਾ ਮਜ਼ਾ ਆਇਆ ਮੈਂ ਕਹਿੰਦਾ ਵੀ ਕੋਈ ਇੱਕ ਇੱਧਰ ਇਹ ਢੋਲਕ ਤੁਸੀਂ ਫੜੋ ਤੁਸੀਂ ਬੇਟਾ ਜੀ ਇਹਨਾਂ ਦੀ ਜਗ੍ਹਾ ਤੇ ਬਹਿ ਜਾਣਾ ਮੈਂ ਇਹਨਾਂ ਦੇ ਨਾਲ ਥੋੜਾ ਇਹ ਦੇਖੋ ਡਾਂਸ ਹਾਲ ਇਹਨਾਂ ਦੇ ਨਾਲ ਗਾਣੇ ਹੁੰਦੇ ਨੇ ਇਹ ਦੇਖੋ ਅਮੀ ਵੇਖ ਲਾ ਉਹਦੇ ਨਾਲ ਕਰਨ ਲੱਗੇ ਦੇਖ ਲਾ ਮੈਂ ਉਹਦੇ ਨਾਲ ਕਦੋਂ ਕਰਨ ਲੱਗਾ ਮੇਰੇ ਨਾਲ ਮੈਂ ਗਾਉਣਾ ਸਿਰਫ ਮੈਂ ਨੀ ਕਰਦਾ ਉਹਦੇ ਨਾਲ ਇਹਨੇ ਇਕੱਲੇ ਨੇ ਇਹਨੇ ਨੱਚਣਾ ਬਸ ਚਲੋ ਇਸਕੇ ਆਕੇ ਲੀਏ ਸਲਾਮੇ ਇਸ਼ਕ ਮੇਰੀ ਜਾਨ ਜ਼ਰਾ ਕਬੂਲ ਕਰ ਲੋ ਤੋ ਹਮਸੇ ਪਿਆਰ ਕਰਨੇ ਕੀ ਜ਼ਰਾ ਸੀ ਭੂਲ ਕਰ ਲੋ ਮੇਰਾ ਦਿਲ ਬੇਚੈਨ ਮੇਰਾ ਦਿਲ ਬੇਚੈਨ ਹੈ ਹਮ ਸਫ਼ਰ ਕੇ ਲੀਏ ਮੇਰਾ ਦਿਲ ਬੇਚੈਨ ਹੈ ਹਮ ਸਫ਼ਰ ਕੇ ਲੀਏ ਸਲਾਮੇ ਬਹੁਤ ਅੱਛਾ ਗਾਇਆ ਨੇ ਯਕੀਨ ਬੜਾ ਅੱਛਾ ਗਾਇਆ ਤੁਸੀਂ ਤੁਸੀਂ ਵੀ ਬਹੁਤ ਮਾੜਾ ਮੈਂ ਤੁਹਾਨੂੰ ਪਤਾ ਨੀ ਜਿੰਨਾ ਤੁਹਾਨੂੰ ਤਮਾਸ਼ਬੀਨੀ ਦੇ ਸ਼ੌਕ ਹੈਗਾ ਕਿਸਮੇ ਬਾਜੀ ਫਿੱਟ ਆਉਣੀ ਤੁਹਾਡੀ ਤਮਾਸ਼ਬੀਨੀ ਦੇ
ਐ ਬਾਜੂ ਅਰਬੀਆਂ ਨੇ ਚੁੱਕਿਆ ਇਹਨੂੰ, ਅਰਬੀ ਬੇਸਿਕਲੀ ਪਾਕਿਸਤਾਨੀਆਂ ਦੇ ਦੋਸਤ ਨੇ, ਉਹਨਾਂ ਨੇ ਸੋਚਿਆ ਸੀ ਇਹਨੂੰ ਲਿਜਾ ਕੇ ਕਿਤੇ ਗਰਕ ਕਰ ਦਈਏ ਤਾਂ ਕਿ ਪਾਕਿਸਤਾਨ ਦੀ ਜਾਨ ਛੜਾਈਏ ਸੀ। ਨਹੀਂ ਨਹੀਂ ਉਹਨਾਂ ਨੂੰ ਪਸੰਦ ਆਈ ਸੀ ਇਦਾਂ ਰੁਪਈਏ ਸੁੱਟੇ ਉੱਤੋਂ ਦੀ ਜਾਨ ਨਹੀਂ ਆ ਗਈ ਬਾਜੀ ਭਾਜੀ ਦੇ ਪੈਰ। ਬਹੁਤ ਅੱਛੇ, ਤੁਸੀਂ ਬਹੁਤ ਸੋਹਣਾ ਰਿਸਪੌਂਸ ਦਿੱਤਾ ਗਾਣੇ ਚ। ਹਾਂਜੀ, ਔਰ ਇਹਦਾ ਡਾਂਸ ਸਹੀ ਹੈ, ਇਹਦੇ ਤੇ ਮਿਹਨਤ ਕਰੋ। ਹਾਂਜੀ, ਨਹੀਂ ਨਹੀਂ ਸੋਹਣੀ ਵੀ ਔਰ ਡਾਂਸ ਵੀ ਤਰੀਕੇ ਵਾਲਾ, ਗਾਣੇ ਦੇ ਸਾਹਮਣੇ ਉਹਨੇ ਕੀਤਾ। ਹਾਂਜੀ, ਉਹ ਅੱਲਾ ਉਹ ਦੇਖ ਯਾਰ ਇਹਨੂੰ ਅਰਬੀ ਲੈ ਚੱਲੇ ਸਨ ਨਾ, ਅਰਬੀਆਂ ਨੇ ਬੇਸਿਕਲੀ ਊਠਾਂ ਦੇ ਪਿੱਛੇ ਬੰਨ ਕੇ। ਇਹੋ ਜੀ ਔਰਤ ਥਾਣੇ ਜਾ ਕੇ ਕਹਿੰਦੀ ਨਾ ਮੈਂ ਨਾ ਚਾਰ ਬੰਦੇ ਨੇ ਜ਼ਿਆਦਤੀ ਕੀਤੀ, ਪੁਲਿਸ ਵਾਲਾ ਕਹਿੰਦਾ ਹੋਰ ਤੇਨਾਂ ਕੀ ਕਰਦੇ ਹੋ, ਚੱਲ ਦਾ ਹੁਣ ਬੈਠੋ। ਨਹੀਂ ਕੱਚੀ ਪੁਆਤੀ, ਹਜ਼ਾਰ ਫੜਾ ਦੋ ਬਾਜੀ, ਚੱਲ ਨਹੀਂ ਚੱਲ ਕਿਉਂਕਿ ਬਾਜੀ ਦੀ ਵਾਰੀ ਹੋਈ। ਹਾਂ ਹਾਂ ਹਾਂ, ਤੁਹਾਨੂੰ ਉਹ ਪਸੰਦ ਆਈ ਸਾਡੀ ਬਾਜੀ ਦੂਸਰੀ? ਇਹ ਇਹ ਮੈਨੂੰ ਦੱਸੋ ਕੀ ਹੈ, ਮੈਨੂੰ ਅੰਮੀ ਦੇਖ ਲੈ, ਮੇਰੀ ਤਾਰੀਫ ਨੀ ਕਰਨ ਦੇ। ਜਦੋਂ ਫੰਕਸ਼ਨ ਤੇ ਜਾਂਦੀ ਯਕੀਨ ਕਰੋ ਇੰਨਾ ਸੋਹਣਾ ਸਾਰਾ ਕੁਛ ਨਿਬੇੜ ਲੈਂਦੀ, ਸਾਂਭ ਲੈਂਦੀ, ਪਿਛਲਾ ਘਰ ਵੀ ਸਾਫ਼ ਕਰ ਲੈਂਦੀ, ਉੱਥੇ ਜਾ ਕੇ ਵੀ ਸਾਰਾ ਕੁਛ ਪਾਣ ਵੀ ਲਿਆਂਦੀ ਸਾਡੇ। ਤੁਹਾਡੇ ਇਹ ਦੋਵਾਂ ਤੁਹਾਡੇ ਨਾਲ ਕਦੀ ਜ਼ਿਆਦਤੀ ਕਿਸੇ ਨੇ, ਕੋਈ ਗੱਲਬਾਤ, ਕੋਈ ਕਿਸੇ ਨੇ ਤੁਹਾਨੂੰ ਮਾਰਿਆ ਕੁੱਟਿਆ, ਕੋਈ ਤੁਹਾਡੀ ਚੀਜ਼ ਖੋਹ ਲਈ? ਮੈਨੂੰ ਬਹੁਤ ਮਾਰਿਆ, ਮੈਨੂੰ ਇੰਨਾ ਮਾਰਿਆ, ਕੁੱਟਿਆ ਨੀ, ਮੈਨੂੰ ਮਾਰਿਆ ਉਹਨਾਂ ਨੇ ਇੰਨਾ। ਕੀ ਕੌਣ ਨੇ ਭਾਜੀ ਤੁਹਾਨੂੰ? ਮੈਂ ਤੁਹਾਨੂੰ ਦੱਸਦਾ, ਮੈਂ ਬਰੀਕ ਗੱਲ ਆ, ਸਮਝੇ ਨੀ ਤੁਸੀਂ, ਆ ਸਟਾਰਟ ਤੇ ਨੱਚਦੀ ਆ, ਇਹ ਉਸ ਤੋਂ ਬਾਅਦ ਨੱਚਦੀ ਆ, ਫਿਰ ਬੰਦੇ ਇੱਕ ਲੋਕ ਕਹਿੰਦੇ ਬਾਜੀ ਮੁੱਕ ਗਿਆ ਪ੍ਰੋਗਰਾਮ, ਬੰਦੇ ਸਾਰੇ ਚੱਲ ਜਾਂਦੇ ਜਿਹੜੇ ਆਲ ਫੋਲ ਹੁੰਦੇ, ਫਿਰ ਸਾਡੇ ਦੋਵਾਂ ਦੀ ਵਾਰੀ ਆ। ਅੰਮੀ ਵੇਖ ਤੁਹਾਡੀ, ਜਵਾਨੀ ਕਾ ਨਸ਼ਾ, ਕਿਸੀ ਪੇ ਇਸ਼ਕ ਕੋ ਮੁਹੱਬਤ ਕੀ ਰਵਾਨੀ ਕਾ ਨਸ਼ਾ, ਕਿਸੀ ਕੋ ਦੇਖ ਕੇ ਸਾਂਸੋਂ ਮੇ ਉਭਰਤਾ ਹੈ ਨਸ਼ਾ, ਨਸ਼ੇ ਮੇ ਕੌਣ ਨਹੀਂ ਹੈ ਮੁਝੇ ਬਤਾਓ ਜ਼ਰਾ, ਕਿਸੇ ਹੈ ਹੋਸ਼ ਮੇਰੇ ਸਾਹਮਣੇ ਤੋ ਲਾਓ ਜ਼ਰਾ, ਨਸ਼ਾ ਹੈ ਸਭ ਮੇ ਮਗਰ ਰੰਗ ਨਸ਼ੇ ਕਾ ਹੈ ਜੁਦਾ, ਖਿਲੀ ਖਿਲੀ ਹੋਈ ਸੁਭਾ ਪੇ ਹੈ ਸ਼ਬਨ। ਇੱਕ ਮਿੰਟ ਠਹਿਰ ਜਾਓ, ਖਿਲੀ ਪਏਗੀ। ਤੁਸੀਂ ਨਾ ਮੇਰੀ ਗੱਲ ਸੁਣੋ ਅੰਮੀ, ਪਤਾ ਕੀ ਗੱਲ ਹੈ, ਤੂੰ ਥੋੜ੍ਹਾ ਤੁਸੀਂ ਨਹੀਂ ਮੇਰੀ ਗੱਲ ਸੁਣੋ, ਅਗਰ ਤੁਸੀਂ ਮੇਰੇ ਨਾਲ ਦੋਸਤੀ ਕਰੋ, ਮੇਰੇ ਨਾਲ ਪਿਆਰ ਪਾਓ, ਮੈਂ ਤੁਹਾਨੂੰ ਜ਼ਿੰਦਗੀ 'ਚ ਇਹ ਛੱਡੋ, ਇਹਨਾਂ ਨੂੰ ਇਹ ਗੁਰੂ ਸ਼ੁਰੂ ਯੇ ਵੋ, ਇਹਨਾਂ ਨੂੰ ਤੁਹਾਡੀ ਕਦਰ ਨਹੀਂ ਹੈਗੀ, ਇਹਨਾਂ ਨੂੰ ਸਾਰਿਆਂ ਨੂੰ ਛੱਡੋ ਪਰੇ, ਪਰ ਇਹ ਤੁਹਾਨੂੰ ਸਹੀ ਤਰ੍ਹਾਂ ਇਸਤੇਮਾਲ, ਯਾਨੀ ਕਿ ਤੁਹਾਡਾ ਟੈਲੈਂਟ ਇਹਨਾਂ ਨੂੰ ਪਤਾ ਨਹੀਂ ਹੈਗਾ, ਤੁਸੀਂ ਮੇਰੇ ਕੋਲ ਆਓ, ਮੇਰਾ ਨਾਮ ਆਫਤਾਬ ਇਕਬਾਲ ਹੈ। ਚੁੱਪ ਕਰ ਜਾਮੀ, ਚੁੱਪ ਕਰ, ਸਾਰਾ ਕੁਛ ਤੈਨੂੰ ਪਤਾ ਨੀ ਹੈਗਾ, ਅਸੀਂ ਆਉਂਦੇ ਹਾਂ, ਅਸੀਂ ਘੁੰਮੇ। ਅੱਛਾ ਮੇਰੀ ਗੱਲ ਸੁਣੋ, ਜਿਹੜੇ ਪਹਿਲੇ ਪਿਆਰ ਪਾਏ ਨੇ ਉਹਨਾਂ ਪਿਆਰਾਂ ਚ ਕੀ ਲੱਭਾ ਜੀ?
ਸਹੀ ਦੱਸਣਾ, ਆਪਣੀ ਇਮਾਨਦਾਰੀ ਦੇ ਨਾਲ ਦੱਸ ਦੋ। ਅੱਜ ਤੋਂ ਮੈਂ ਆਪਣੀ ਜ਼ਿੰਦਗੀ ਤੁਹਾਡੇ ਨਾਂ ਲਾ ਦਾਂਗੀ, ਨਾਂ ਲਾ ਦਾਂਗੀ, ਨਾਂ ਲਾ ਦਾਂਗੀ। ਚੱਲ ਨੀ ਉਤਰੀ ਭਾਜੀ ਦੇ ਪੈਰ, ਇਹ ਫੜ ਪੈਰ ਧੋ ਕੇ ਪੀ ਲੈ। ਇਹਨੂੰ ਗੇਮ ਰੱਖ ਕੇ ਤੁਸੀਂ ਬਾਵੀ ਵਾਲੀ ਨਹੀਂ ਚੱਲੀ, ਤੇਰੇ ਨਾਮ ਪਾ ਲਿਆ ਬਾਵੀ ਜੁਲਾਈ। ਵਾਲਦ ਦਾ ਨਾਮ ਯਾਕੂਬ ਮਿਸਤਰੀ ਸੀ। ਫਲੂਟ ਬੰਦ ਕਰੋ, ਇੱਥੇ ਵਾਲਦ ਜਿਹੜਾ ਗਲਤ ਦੱਸਿਆ, ਗਲਤ ਦੱਸਿਆ। ਇਹ ਤੁਸੀਂ ਹਰ ਜਗ੍ਹਾ ਤੇ ਨਵਾਂ ਵਾਲਦ ਕਿਉਂ ਦੱਸਦੇ ਹੋ? ਇੱਕ ਵਾਲਦ ਜਿਹੜਾ ਉਹ ਉਧਰ ਰਜਿਸਟਰ ਕਰਾ ਲਓ ਨਾਦਰਾ ਤੇ ਜਾ ਕੇ। ਸਰਫਰਾਜ਼ ਆ ਉਹ, ਪਿਛਲੀ ਕੌਣ ਸਰਫਰਾਜ਼? ਸਹੀ ਹੈ ਪੁੱਤਰ ਨਾਮ ਦਾ ਨਹੀਂ, ਪਿਛਲੀ ਫਲੂਟ ਚ ਹੋਰ ਸੀ ਪਿਓ। ਨਹੀਂ ਮਰ ਜਾਣਗੇ, ਮੈਂ ਵਾਲਦ ਦਾ ਨਾਮ ਕਦੀ ਗਲਤ ਨਹੀਂ ਦੱਸਿਆ, ਗੁਰੂ ਦਾ ਨਾਮ ਦੱਸਿਆ ਸੀਗਾ। ਕਿਉਂ ਕੱਚੀ ਪਵਾ ਲਈ? ਫਲੂਟ ਚੱਲਦੀ ਪਈ ਨਾ, ਉਹ ਜ਼ਾਇਆ ਹੋ ਰਹੀ, ਉਹ ਗੈਸ ਨਿਕਲਣ ਦੀ ਉਹਦੀ। ਚਲੋ ਪੈਦਾਇਸ਼ ਜੀ, ਕਿੱਥੇ ਪੈਦਾ ਹੋਏ, ਕਿਸ ਤਰ੍ਹਾਂ ਜਵਾਨੀ, ਕਿਸ ਤਰ੍ਹਾਂ ਬਚਪਨ, ਕਿਸ ਤਰ੍ਹਾਂ ਸਭ ਆਇਆ? ਪੈਦਾਇਸ਼ ਮੇਰੀ ਗੱਖਰ ਮੰਡੀ ਹੋਈ, ਵਾਲਦ ਦਾ ਨਾਮ ਅਦਰੀਸ ਮਿਸਤਰੀ। ਜਿੰਨੀ ਵਾਰੀ ਪੁੱਛੂਗੀ ਚੇਂਜ ਕਰਦੀ ਹੈ। ਨਹੀਂ ਮੰਨਿਓ, ਪਹਿਲੇ ਗੁਰੂ ਦਾ ਦੱਸਿਆ ਸੀ। ਸਭ ਪਹਿਲੇ ਦੀ ਗੁਰੂ ਦੀ ਨਹੀਂ, ਵਾਲਦ ਦਾ ਦੱਸੋ ਨਾ। ਵਾਲਦ ਦਾ, ਵਾਲਦ ਵੀ ਗੁਰੂ ਹੀ ਸੀ। ਨਹੀਂ ਨਾ ਕਰੋ ਨਾ ਤੁਸੀਂ, ਵਾਲਦ ਦਾ ਨਾਮ ਦੱਸੋ। ਵਾਲਦ ਦਾ ਨਾਮ ਸ਼ਕੂਰ ਬਾਲਮ। ਇੱਥੇ ਬਹਿ ਜਾਓ ਤੁਸੀਂ, ਇੱਥੇ ਇੱਥੇ ਬਹਿ ਜਾਓ, ਦਰਮਿਆਨ 'ਚ ਬਹਿ ਜਾਓ, ਕੁਛ ਨਹੀਂ ਹੁੰਦਾ। ਇੱਕ ਇੱਥੇ ਬਾਹਰ ਰੱਖੋ, ਇੱਕ ਇੱਥੇ ਬਾਹਰ ਰੱਖੋ, ਇੰਝ ਬਹਿ ਜਾਓ, ਕੰਮ ਵਾਲੀ ਬਹਿ ਜਾਓ। ਕੋਈ ਨਹੀਂ, ਮੈਂ ਅੱਗੇ ਉੱਤਰ ਜਾਣਾ, ਫਿਰ ਤਾਂ ਸੀਟ ਖਾਲੀ ਹੋ ਜਾਣੀ ਜੀ। ਇਹਨੂੰ ਬਿਠਾਓ ਨਾ, ਤੁਹਾਡੀ ਮਿਹਰਬਾਨੀ ਹੈ, ਜਰਾ ਥੋੜਾ ਜਿਹਾ ਨਾ ਫਲਾਰਾ ਟੈਪ ਕੰਮ। ਨਹੀਂ ਨਹੀਂ, ਇਹਨੂੰ ਰਹਿਣ ਦਿਓ, ਇਹ ਕਿੱਥੇ, ਇਹ ਭੂਰ ਝੂਰ ਸਿਸਟਮ ਹੋ ਜਾਣਾ, ਤੁਹਾਡੇ ਕੋਲ ਨਹੀਂ ਸਾਂਭਿਆ ਜਾਣਾ। ਚਲ ਤੁਸੀਂ ਤਾਂ ਆਪਣਾ ਤਾਰ ਕਰੋ, ਫਲੂਟ ਚੱਲਣ ਦਾ ਹੀ ਨਾ ਜ਼ਾਇਆ ਹੋ ਰਹੀ। ਬਾਬੀ ਜੁਲਾਈ ਦੇ ਨਾ ਸੱਟ ਲੱਗੀ ਆ, ਬੈਠਿਆ ਨਹੀਂ ਜਾਂਦਾ, ਮੈਨੂੰ ਕਿਤੇ ਪਾ ਦਿਓ। ਉੱਥੇ ਇਹਨੂੰ ਪਾ ਦਿਓ ਯਾਰ, ਕਿਤੇ ਮੰਜੀ ਤੇ ਪਾ ਦਿਓ, ਕਿਤੇ ਜਿੱਥੋਂ ਆਈ ਉੱਥੇ ਪੈ ਜਾ, ਜਾ ਕੇ ਜਾ ਕੇ ਕਿਤੇ ਜਾ ਜੀ। ਪੈਦਾਇਸ਼ ਗੱਖਰ ਮੰਡੀ, ਵਾਲਦ ਦਾ ਨਾਮ ਯਾਸਰ ਅਬਾਸ ਮਲੰਗੀ, ਵਾਲਦਾ ਮਨਜ਼ੂਰ ਮਲੰਗੀ। ਅੱਬਾ ਜੀ ਸਹੀ ਵਾਲਾ ਨਾਂ ਦੱਸੋ, ਮੀ ਤਾਂ ਨਾ ਕਰੋ, ਨਾਂ ਸਹੀ ਤਰ੍ਹਾਂ ਪੁੱਛੋ ਨਾ ਤੁਸੀਂ। ਨਾਮ ਮੈਂ ਉਹਨੂੰ ਕਿਦੋਂ ਕਿਹਾ ਵੀ ਤਾਂ ਦੱਸੋ, ਆਪੇ ਹੀ ਦੱਸਣ ਦੇ ਹੋ। ਆ ਫਾਇਰ ਨਾਮ ਸਹੀ ਦੱਸੋ, ਫਰੂਟ ਦਾ ਕੀ ਕਰਨਾ? ਫਰੂਟ ਚੱਲਦੀ ਰਹਿੰਦੀ ਹੋ? ਚਲੋ ਚੱਲਣ ਦੇ ਨਾ, ਫਿਰ ਜ਼ਾਇਆ ਹੋ ਰਹੀ। ਚਲੋ ਪੈਦਾਇਸ਼ ਗੱਖਰ ਮੰਡੀ, ਠੀਕ ਹੈ। ਵਾਲਦ ਦਾ ਨਾਮ ਠੀਕ ਹੈ, ਭੂਮੀ ਹੋਟਲ ਵਾਲਾ। ਪੈਦਾਇਸ਼ ਗੱਖਰ ਮੰਡੀ, ਵਾਲਦ ਦਾ ਨਾਮ ਮਹਿਮੂਦ ਉਲ ਹਸਨ ਚੌਹਾਨ। ਪੱਕਾ ਪਤਾ ਕਰ ਲੈ ਕਿਸੇ ਪਾਰਟੀ ਦਾ ਚੇਅਰਮੈਨ ਯਾਰ, ਸਹੀ ਨਾ ਦੱਸੋ, ਇੱਦਾਂ ਨਾ ਕਰੋ। ਸਪੈਲਿੰਗ ਦਿਓ ਫਿਰ, ਐਲ ਤੋਂ ਦੱਸੋ, ਐਲ ਤੋਂ। ਓਕੇ, ਐਲ ਤੋਂ ਕੋਈ ਨਾ ਦੱਸੋ। ਪੈਦਾਇਸ਼ ਗੱਖਰ ਮੰਡੀ, ਵਾਲਦ ਦਾ ਨਾਮ ਲਿਆਕਤ ਕਾਸਤਰੋ, ਗਲੀ ਨਥੀਆ।
ਉਹ ਕਹਿੰਦਾ ਗਲੀ ਨਥੀ ਆ, ਉਹ ਗਲੀ ਨਥੀ ਆ, ਨਥੀ ਆ ਗਲੀ, ਜਿਹੜੀ ਗਲੀ ਜੰਮੀ ਜੰਮੀ ਉਹ ਨਥੀ ਆ। ਤੂੰ ਆਪਣੇ ਬਾਲਕ ਦੇ ਚੱਕਰ ਚ ਨਾ ਕਈਆਂ ਦੇ ਬੱਚੇ ਯਤੀਮ ਘਰੋ। ਗੁਰੂ ਜੀ ਕੋ ਸਹੀ, ਅੱਛਾ ਲਿਆਕਤ ਖਿੱਚੀ, ਲਿਆਕਤ ਕਾਸਤਰੋ, ਲਿਆਕਤ ਕਾਸਤਰੋ, ਠੀਕ ਆ। ਸਪੈਲਿੰਗ ਦਿਓ ਨਾ ਫਿਰ, ਸਪੈਲਿੰਗ ਕਿਤੇ ਫਲੂਟ ਚੱਲਣ ਦੇ ਆ, ਫਲੂਟ ਬੰਦ ਕਰਾ ਦਾ ਮੈਂ, ਕੁਛ ਸਪੈਲਿੰਗ ਦੇ ਦਿਓ। ਸਪੈਲਿੰਗ ਚਲੋ ਦੱਸੋ ਕੋ ਨਾਮ ਫਾਈਨਲ, ਐਨ ਛੋਟੀ ਏ ਤੋਂ ਛੋਟੀ ਏ, ਚਲੋ ਠੀਕ ਹੈ। ਪੈਦਾਇਸ਼ ਗੱਖਰ ਮੰਡੀ, ਵਾਲਦ ਦਾ ਨਾਮ ਯਾਇਆ। ਯਾਰ ਆਪ ਤੁਹਾਡੀ ਮਿਹਰਬਾਨੀ ਕੋ ਫਾਈਨਲ ਦੱਸੋ ਨਾ, ਕੋਈ ਫਾਈਨਲ ਪਿੰਡ ਨਹੀਂ ਭੁੱਲਦੀ, ਪਤਾਇਸ਼ ਵਾਲੀ ਜਗ੍ਹਾ ਹਰ ਵਾਰੀ ਉਹੀ ਦੱਸਦੀ, ਅੱਗੋਂ ਨਾਮ ਬਦਲ ਦਿੰਦੀ ਹੈ। ਇੱਕ ਜਿਹੜਾ ਫਾਈਨਲ ਹੈ ਨਾ ਸੋਚ ਕੇ ਦੱਸ ਦੇ ਬਸ, ਫਲੂਟ ਚੱਲਣ ਦਾ ਹੀ ਆ ਕੁਛ। ਪੈਦਾਇਸ਼ ਗੱਖਰ ਮੰਡੀ, ਵਾਲਦ ਦਾ ਨਾਮ ਗਫੂਰ ਕੋਡੂ, ਰਿਹਾਇਸ਼ ਰਨਾਲਾ ਕੁਰਦ, ਗਲੀ ਨੰਬਰ 3 ਵਾਰਸਪੁਰਾ ਤੇ ਪਾਵੇ ਵਾਲਾ ਚੌਕ। ਇਹ ਮੇਰਾ ਰਿਹਾਇਸ਼, ਮੇਰਾ ਮੁਹੱਲਾ, ਮੈਂ ਤੁਹਾਨੂੰ ਸਭ ਕੁਛ ਦੱਸ ਦਿੱਤਾ। ਨਹੀਂ ਤੁਸੀਂ ਫਿਰ ਪੈਦਾ ਹੋਏ, ਉਸ ਤੋਂ ਬਾਅਦ ਫਿਰ ਸਕੂਲ ਗਏ ਤੁਸੀਂ? ਮੈਂ ਸਕੂਲ ਗਈ ਹਾਂ, ਯਕੀਨ ਮੰਨੋ ਮੈਂ 5 ਸਾਲਾਂ ਸੀ ਜਦੋਂ ਮੈਨੂੰ ਸਕੂਲੇ ਮੇਰੀ ਵਾਲਦਾ ਛੱਡ ਕੇ ਆਏ ਨੇ, ਅਤੇ ਜਿਹੜੀਆਂ ਜ਼ਿਆਦਤੀਆਂ ਮੇਰੇ ਨਾਲ ਉੱਥੇ ਮੁੰਡਿਆਂ ਨੇ ਕੀਤੀਆਂ, ਮਾਸਟਰ ਨੇ ਜ਼ਿਆਦਤੀਆਂ ਕੀਤੀਆਂ, ਅਗਰ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਯਕੀਨ ਮੰਨੋ ਆਪਣੀਆਂ ਅੱਖਾਂ ਪਾੜ ਕਰਾਉਣਾ ਸ਼ੁਰੂ ਕਰ ਦਿਓ। ਇਸ ਨੁਮਾਣੇ ਨਹੀਂ ਮਤਲਬ ਕਿ ਮਾਰਦੇ ਸੀ ਤੁਹਾਨੂੰ, ਜਾਂ ਤੁਹਾਡੀ ਇੱਜ਼ਤ ਨਹੀਂ ਸੀ ਕਰਦੇ, ਜਾਂ ਛੇੜਦੇ ਸੀ ਲੋਕੀ, ਇਹੀ ਮਤਲਬ ਜ਼ਿਆਦਤੀਆਂ ਨੇ ਨਾ। ਬੱਚੇ ਮੈਨੂੰ ਛੇੜਦੇ ਸਨ ਤੇ ਮਾਸਟਰ ਮੇਰੇ ਪੁੱਠੇ ਪੁੱਠੇ ਨਾਮ ਲੈ ਕੇ ਮੈਨੂੰ ਪੜ੍ਹਾਉਂਦੇ ਨੇ ਸਨ, ਮੇਰੇ ਕੋਲ ਡਾਂਸ ਵੇਖਦੇ ਸਨ, ਮੈਨੂੰ ਹੋਰ ਹੋਰ ਨਾਵਾਂ ਤੋਂ ਪੁਕਾਰਦਾ। ਮੈਂ ਨਿਬਾਣੀ ਨੇ ਤੁਸੀਂ ਯਕੀਨ ਮੰਨੋ ਕਦੀ ਸਕੂਲੋਂ ਨਹੀਂ ਸੀ ਦੌੜਨਾ, ਪਤਾ ਨਹੀਂ ਇੱਕ ਮੁੰਡਾ ਸੀ ਪਬਲੂ ਜਿਹਾ, ਕੋਲ ਗੱਪਾ ਜਿਹਾ, ਉਹਨੇ ਛੁੱਟੀ ਹੋ ਜਾਣੀ ਤੇ ਕਲਾਸ 'ਚ ਇਕੱਲਿਆ ਮੈਨੂੰ ਘੇਰ ਲੈਣਾ, ਮੈਨੂੰ ਕਹਿਣਾ ਉਰੇ ਆ। ਬਾਜੀ ਪਤਾ ਕੀ ਮੇਰਾ ਫੈਮਿਲੀ ਪ੍ਰੋਗਰਾਮ ਆ, ਮੈਂ ਆਪਣੇ ਆਪ ਨੂੰ ਬੜੀ ਮੁਸ਼ਕਲ ਰੋਕਿਆ, ਤੈਨੂੰ ਖੁਦਾ ਦਾ ਵਾਸਤਾ ਹੀ। ਮੇਰਾ ਵਾਕਿਆ ਸੁਣੋ, ਮੇਰੀ ਬਹੁਤ ਬਾਅਦ 'ਚ ਬਿਸਤੀ ਹੁੰਦੀ ਆ ਵਾਕਿਆ ਜਿਹੜਾ ਨਾ। ਤੁਸੀਂ ਇਹ ਦੱਸੋ ਕਿ ਜਦੋਂ ਪੜ੍ਹਾਈ ਹੋ ਗਈ ਉਸ ਤੋਂ ਬਾਅਦ ਫਿਰ ਘਰ ਕਿਉਂ ਨਹੀਂ ਰਹੇ, ਤੁਹਾਨੂੰ ਕਿਉਂ ਇੱਧਰਲੇ ਪਾਸੇ ਤੁਸੀਂ ਆ ਗਏ? ਮੇਰਾ ਪੜ੍ਹਾਈ ਵਾਲੇ ਪਾਸੇ ਜ਼ਿਹਨ ਹੀ ਨਹੀਂ ਸੀ ਹੈ, ਯਕੀਨ ਮੰਨੋ ਕਿਸੇ ਨੇ ਵੀ ਆਪਣੀ ਬੈਠਕ ਦੇ ਵਿੱਚ ਡੈਕ ਲਾਉਣਾ ਅਤੇ ਮੈਂ ਗਲੀ 'ਚ ਨੱਚਣ ਲੱਗ ਜਾਣਾ। ਲੋਕਾਂ ਨੂੰ ਇਸ ਤਰ੍ਹਾਂ ਲੱਗਣਾ ਕਿ ਮੇਰੇ ਅੰਦਰ ਇੱਕ ਸ਼ੀ ਮੇਲ ਇੱਕ ਜ਼ਨਾਨਾ ਟੈਪ ਰੂਪ ਆਈ। ਤੁਹਾਡਾ ਪੜ੍ਹਾਈ ਵੱਲ ਧਿਆਨ ਨਹੀਂ ਸੀ, ਤੁਹਾਡਾ ਪੜ੍ਹਾਈ ਵੱਲ ਧਿਆਨ ਸੀ। ਹਾਂਜੀ ਬਿਲਕੁਲ, ਕਿ ਮੈਂ ਆਪਣਾ ਗੱਲਾਂ ਭਰ ਲਵਾਂ, ਆਪਣੇ ਪੈਸੇ ਭਰ ਲਵਾਂ। ਹਾਂਜੀ ਮੈਂ ਪੂਰੀ ਗਲੀ ਰਸ਼ ਰੁਸ਼ ਵੇਖ ਕੇ ਵੜਦੀ ਹੁੰਦੀ ਸਾਂ, ਅਤੇ ਮੇਰਾ ਬਿਲਕੁਲ ਅੰਗ ਜਿਹੜਾ ਸੀਗਾ ਇਹ ਅੱਲਾਹ ਤਾਲਾ ਦੀ ਦੇਣ, ਮੈਂ ਖੁਦ ਨਹੀਂ ਬਣੀ, ਅਤੇ ਤੁਹਾਡੀ ਮਿਹਰਬਾਨੀ ਹੈ ਕਿ ਸਾਡਾ ਮਜ਼ਾਕ ਨਾ ਬਣਾਇਆ ਜਾਏ। ਮੈਂ ਫਲੂਟ ਬੰਦ ਹੋ ਗਈ ਭਲਾ? ਹੈ ਫਲੂਟ ਬੰਦ ਹੋ ਗਈ? ਮੇਰਾ ਖਿਆਲ ਬੰਦ ਹੋ ਗਈ, ਠਹਿਰੋ। ਚਲੋ ਬੰਦ ਹੋ ਗਈ, ਆ ਹੁਣੇ ਹੀ ਹੋਈ ਆ। ਮਿਹਰਬਾਨੀ। ਹਾਂ ਚਲੋ, ਇਹ ਤੁਹਾਡੀ ਸਾਰੀ ਜ਼ਿੰਦਗੀ ਦੀ ਕਹਾਣੀ ਸੀ? ਨਹੀਂ, ਹਾਲੇ ਜ਼ਿੰਦਗੀ ਤਾਂ ਬਹੁਤ ਲੰਬੀ ਆ। ਚਲੋ ਸਾਡਾ ਪ੍ਰੋਗਰਾਮ ਬਹੁਤ ਛੋਟਾ ਹੈ। ਅੱਛਾ ਤੁਸੀਂ ਦੱਸੋ ਜੀ, ਤੁਸੀਂ ਤੁਹਾਡਾ ਕੀ ਆ? ਫਲੂਟ ਪਲੀਜ਼, ਇਸ ਦਰਦਾ ਮਾਰੀ ਨੂੰ ਕੀ ਪੁੱਛਿਆ ਜੀ? ਜਾਨੀ ਸਾਹਿਬ ਨਿੱਕੀ ਜਿਹੀ ਸਾਹ ਤੋਂ ਉਦੋਂ ਵੀ ਸੋਹਣੀ ਸਾਹ, ਵੱਡੀ ਹੋਈ ਤੇ ਮਜ਼ੀਦ ਸੋਹਣੀ ਹੋਏ ਹੋਏ। ਮੇਲਿਆਂ ਤੇ ਮੌਤ ਦੇ ਖੂਹਾਂ ਦੇ ਉੱਤੇ ਨੱਚਦੀ ਰਹੀ, ਦੋ ਵਕਤ ਦੀ ਰੋਟੀ ਕਮਾਉਣ ਲਈ ਕੀ ਕੀ ਨਹੀਂ ਕੀਤਾ, ਕੀ ਕੀ ਨਹੀਂ ਕੀਤਾ, ਕੀ ਕੀ ਭਾਜੀ ਉਹਨੂੰ ਤੇ ਰੋਕੋ, ਇਹ ਕਿੱਦਾਂ ਦਾ ਮਤਲਬ, ਉਹਦਾ ਰੋਣਾ ਤੇ ਸਿੱਧਾ ਕਰਾਓ ਗੁਰੂ ਦਾ। ਹਾਲੇ ਤੇ ਸਿੱਧਾ ਕੀਤਾ, ਇਹਦੇ ਨਾਲ ਵੀ ਅੱਗੇ ਸੀ, ਤੁਸੀਂ ਯਕੀਨ ਕਰੋ ਤੁਸੀਂ ਵੇਖ ਕੇ ਡਰ ਜਾਣਾ। ਅੱਛਾ ਤੁਹਾਨੂੰ ਤੁਹਾਨੂੰ ਵੀ ਕਦੀ ਕਿਸੇ ਨਾਲ ਪਿਆਰ ਹੁੰਦਾ ਹੈ, ਜਿੱਦਾਂ ਕੁੜੀ ਨੂੰ ਮੁੰਡੇ ਨਾਲ, ਮੁੰਡੇ ਨੂੰ ਕੁੜੀ ਨਾਲ ਪਿਆਰ ਹੋ ਜਾਂਦਾ, ਤੁਹਾਡੇ ਨਾਲ ਵੀ ਹੋ ਜਾਂਦਾ, ਤੁਹਾਨੂੰ ਵੀ ਕਿਸੇ ਨਾਲ ਹੋ ਜਾਂਦਾ? ਮੈਂ ਤੁਹਾਨੂੰ ਦੱਸਣ ਲੱਗੀ ਸੀ, ਉਹੀ ਮੌਤ ਦੇ ਖੂਹ ਤੇ ਨੱਚਣ ਡੀ ਸਾਂ, ਕਿਸੇ ਨੇ ਅੱਖ ਭਰ ਕੇ ਮੇਰੇ ਵੱਲ ਵੇਖਿਆ,
ਜਦੋਂ ਵੇਖਿਆ ਤੇ ਮੇਰੇ ਧਿਰ ਰਹਿ ਗਿਆ। ਓਏ ਹੋਏ, ਅਗਲੇ ਦਿਨ ਫੇਰ ਆਇਆ। ਅੱਛਾ, ਮੇਰੇ ਲਈ ਚੂੜੀਆਂ ਲੈ ਕੇ ਆਇਆ। ਚੂੜੀਆਂ? ਅੱਛਾ, ਮੇਰੇ ਲਈ ਚੂੜੀਆਂ ਲੈ ਕੇ ਆਇਆ, ਮੇਰੇ ਲਈ ਗਜਰੇ ਲੈ ਕੇ ਆਇਆ, ਇੰਨਾ ਸੋਹਣਾ ਸੂਆ ਜੋੜਾ ਮੇਰੇ ਲਈ ਲੈ ਕੇ ਆਇਆ। ਮੈਂ ਤਿਆਰ ਹੋ ਕੇ ਸ਼ਿੰਗਾਰ ਕਰਕੇ ਮੈਂ ਫਿਰ ਗਾਣਾ ਗਾਇਆ। ਹਾਂਜੀ, ਅੱਗੋਂ ਅੰਮੀ ਸ਼ੁਰੂ ਹੋ ਗਈ ਤੇ ਮੁੰਡਾ ਭੱਜ ਗਿਆ ਸੀ। ਇਹ ਸੁਣਨਾ ਤੁਸੀਂ ਸੁਣਾਉਣਾ ਇਹ ਹੀ ਇੱਕ ਇੱਕ ਸ਼ੈ ਚੰਨਾ ਆ ਲੱਭ ਕੇ ਸਜਾਈਏ। ਹਾਂਜੀ, ਇਹ ਹੁਣ ਆ ਕਰਨ ਦੀ ਪਹਿਲਾਂ ਤਾਂ ਆ ਇਹ ਕਰਦੀ ਸੀ ਵਿੱਚ। ਅੱਛਾ, ਫਿਰ ਉਹ ਮੁੰਡੇ ਨਾਲ ਅੱਗੋਂ ਤੁਹਾਡਾ ਲਵ ਚੱਲ ਪਿਆ ਸਿਸਟਮ, ਮੁਹੱਬਤ ਦੀ ਕਹਾਣੀ ਸ਼ੁਰੂ ਹੋ ਗਈ, ਸਾਨੂੰ ਮੈਸੇਜ ਇੱਕ ਦੂਸਰੇ ਨਾਲ ਕਰਨੇ, ਕਾਲਾਂ ਕਰਨੀਆਂ ਇੱਕ ਦੂਸਰੇ ਨੂੰ ਵੇਖਣ ਲਈ। ਓਏ ਹੋਏ, ਜਦੋਂ ਮੈਂ ਕੁੱਲੀ ਦੇ ਵਿੱਚ ਬਹਿੰਦੀ ਹੁੰਦੀ ਸੀ ਨਾ ਤਿਆਰ ਹੋਣ ਲਈ, ਅੱਛਾ, ਤੇ ਉਹ ਕੁੱਲੀ ਚੁੱਕ ਕੇ ਇੰਜ ਕਰਕੇ ਵੇਖਦਾ ਸੀ। ਕੁੱਲੀ ਮਤਲਬ ਜਿੱਥੇ ਤਿਆਰ ਹੋਈਦਾ ਨਾ। ਅੱਛਾ, ਉਹ ਕੁੱਲੀ ਟੈਪ? ਹਾਂਜੀ, ਟੈਂਟਾਂ ਦੇ ਵਿੱਚ ਬਹਿ ਕੇ ਤਿਆਰ ਹੋਈਦਾ, ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈਗਾ। ਅੱਛਾ ਅੱਛਾ, ਉਹਨੇ ਵੇਖਣਾ ਏਡਾ ਸੋਹਣਾ ਘੜੀਅਲ ਜਵਾਨ, ਅੱਖਾਂ ਦੇ ਉੱਤੇ ਨੂਰ, ਕੰਨਾਂ ਦੇ ਵਿੱਚ ਸੂਰਜ ਦਿਸਣਾ, ਚੂੜੀਆਂ ਮਤਲਬ ਕਿ ਉਧਰ ਵੀ ਜ਼ੇਨ ਆਇਆ ਸੀ, ਜ਼ੇਨ ਬਣ ਗਿਆ ਸੀ। ਉਹਨੇ ਮੈਨੂੰ ਆ ਕੇ ਕਿਹਾ, ਉਹਨੇ ਕਿਹਾ ਗੁਲਸ਼ਨ ਠੀਕ ਹੈ? ਗੁਲਸ਼ਨ? ਅੱਛਾ, ਗੁਲਸ਼ਨ। ਹਾਂਜੀ, ਗੁਲਸ਼ਨ ਹੀ ਕਹਿਣਾ ਸੀ ਉਹਨੇ। ਪਰੀ ਨਹੀਂ ਸੀ ਗੁਲਸ਼ਨ, ਪਰੀ ਪੂਰਾ ਅਮੀ ਭੁੱਲ ਜਾਨੀ ਹੈ ਤੂੰ। ਤੈਨੂੰ ਕਿੰਨੀ ਵਾਰੀ ਕਿਹਾ ਅਮੀ ਤੂੰ ਧੂਰਾ ਘੱਟ ਕਰ। ਅੱਛਾ, ਉਹਨੇ ਮੈਨੂੰ ਬੁਲਾਇਆ ਕਹਿੰਦਾ ਗੁਲਸ਼ਨ, ਗੁਲਸ਼ਨ ਮੈਂ ਜਿੱਕ ਤੈਨੂੰ ਗੱਲ ਦੱਸਾਂ, ਮੈਂ ਤੇਰੇ ਬਗੈਰ ਨਹੀਂ ਰਹਿ ਸਕਦਾ ਗੁਲਸ਼ਨ, ਮੇਰੀ ਦਿਲ ਇੰਜ ਕਰਕੇ ਡੁੱਬ ਗਿਆ ਡੁੱਬ ਗਿਆ ਡੁੱਬ ਗਿਆ। ਫਲੂਟ ਜ਼ਰਾ ਉੱਚਾ ਕਰੀ। ਫਲੂਟ 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 ਚਲਾਉਣਾ? ਤੁਰ ਪਰਦੇਸ ਗਿਆ ਖਤ ਲਿਖ ਕੇ ਭੇਜਿਆ, ਉਹਨੇ ਕਿਹਾ ਮੈਂ ਗੁਲਸ਼ਨ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ। ਛੱਡ ਕੇ ਗਿਆ ਬਸ, ਨਿਕਾਹ ਕਰਾ ਕੇ ਚਾਰ ਬੱਚੇ ਜੰਮ ਕੇ, ਬੱਚੇ ਹਾਲੇ ਛੋਟੇ ਛੋਟੇ ਸੀ ਤੇ ਐਕਸੀਡੈਂਟ ਚ ਫੌਤ ਨਹੀਂ ਹੋ ਗਿਆ, ਜਿਹੜਾ ਇੰਨਾ ਦੁੱਖ ਤੂੰ ਕਰਨ ਨੇ। ਜਾਨੀ ਸਾਹਿਬ, ਮੈਂ ਵੀ ਤੁਹਾਨੂੰ ਆਪਣੇ ਪਿਆਰ ਦੇ। ਤੁਸੀਂ ਇਦਾਂ ਨਾ ਬੈਠੋ, ਮੈਨੂੰ ਅੱਛਾ ਲੱਗ ਰਿਹਾ, ਬੈਠੇ ਰਹੋ ਜੀ। ਮੈਂ ਤੁਹਾਨੂੰ ਛੱਡ ਕੇ ਉੱਥੋਂ, ਤੁਸੀਂ ਉਹ ਨਾ ਉਹ ਲੈ ਆਓ, ਕੋਈ ਬਹਿਣ ਵਾਸਤੇ ਚੀਜ਼ ਲੈ ਆਓ, ਮਿਹਰਬਾਨੀ, ਬਹਿਣ ਵਾਸਤੇ ਚੀਜ਼ ਲੈ ਆਓ। ਜਾਨੀ ਸਾਹਿਬ, ਸਾਡੇ ਪਿਆਰ ਦੀ ਕਹਾਣੀ ਸੁਣ ਲਓ। ਮੈਂ ਇਸ ਤਰ੍ਹਾਂ ਕਰਕੇ ਘਰੋਂ ਨਿਕਲੀ, ਚੌਕ ਦੇ ਵਿੱਚ ਮੈਨੂੰ ਮਿਲਿਆ ਜੇਦਾ ਸਾਈਕਲ ਵਾਲਾ।
ਤੁਸੀਂ ਯਕੀਨ ਇਹ ਫਲੂਟ ਤੋਂ ਬਗੈਰ ਚੱਲ ਰਿਹਾ ਜੇ ਕਹੋ ਤਾਂ ਫਲੂਟ ਲਵਾ ਦੇ ਹਨ ਲਵਾ ਦਿਓ ਚਲੋ ਫਲੂਟ ਲਾਓ ਜੀ ਮੈਂ ਇਸ ਤਰ੍ਹਾਂ ਕਰਕੇ ਤਿਆਰ ਹੋ ਕੇ ਬਣ ਠਣ ਕੇ ਨਿਕਲੀਆਂ ਚੌਕ ਦੇ ਵਿੱਚ ਜਿੱਦਾਂ ਸਾਈਕਲ ਵਾਲਾ ਅੱਖੂ ਪੈਂਚਰ ਲਾ ਰਿਹਾ ਸੀ ਇਸ ਤਰ੍ਹਾਂ ਕਰਕੇ ਪੱਕਾ ਪੈਂਚਰ ਉਹਨੂੰ ਮੇਰੇ ਨਾਲ ਮੁਹੱਬਤ ਹੋ ਗਈ ਇਹ ਮੁਹੱਬਤ ਤੇ ਪਿਆਰ ਦੀ ਕਹਾਣੀ ਪੂਰੇ 3 ਹਫ਼ਤੇ ਚੱਲੀ ਹੈ ਇੱਕ ਦਿਨ ਮੈਂ ਨਿਕਲੀ ਹਾਂ ਖੂਹ ਤੇ ਗਾਣਾ ਕਰਨ ਮੌਤ ਦੇ ਖੂਹ ਤੇ ਗਾਣਾ ਕਰਨ ਚੱਲੀ ਮੈਂ ਅੱਕੂ ਨੂੰ ਕਿਹਾ ਮੈਂ ਕਿਹਾ ਅੱਕੂ ਮੇਰੇ ਪਿੱਛੇ ਆ ਜਾ ਅੱਕੂ ਮੇਰੇ ਪਿੱਛੇ ਆਏ ਤੇ ਮੈਂ ਕਿਹਾ ਤੂੰ ਮੈਨੂੰ ਉੱਤੋਂ ਖੂਹ ਤੇ ਵੇਲਾਂ ਕਰਵਾਉਣੀਆਂ ਨੇ ਅੱਕੂ ਖੂਹ ਤੇ ਚੜਿਆ ਅੱਕੂ ਨੇ ਇਸ ਕਰਕੇ ਥੱਲੇ ਦੇਖਿਆ ਤੇ ਉਹਦਾ ਡੇਲਾ ਡਿੱਗ ਪਿਆ ਅੱਕੂ ਦਾ ਇੱਕ ਡੇਲਾ ਪੱਥਰ ਦਾ ਸੀ ਯਕੀਨ ਮੰਨੋ ਮੇਰੇ ਦਿਨੋਂ ਲੱਥ ਗਿਆ ਅੱਕੂ ਮੈਨੂੰ ਏਡਾ ਬੁਰਾ ਲੱਗਾ ਉਹਦਾ ਖੂਹ ਤੀਰ ਗਿਆ ਜਦੋਂ ਡੇਲਾ ਮੈਨੇ ਥੱਲੇ ਹੱਥ 'ਚ ਆਇਆ ਤੇ ਮੈਂ ਉਸੇ ਟਾਈਮ ਮੁਹੱਬਤ ਤੋਂ ਹੱਥ ਚੁੱਕ ਲਿਆ ਮੈਂ ਕਿਹਾ ਨਹੀਂ ਚਲੋ ਅੱਛਾ ਫਲੂਟ ਬੰਦ ਕਰ ਦਿਓ ਯਾਰ ਜਲਦੀ ਰਹਿਣ ਦਿਓ ਕੋਈ ਨਹੀਂ ਕੋਈ ਨਹੀਂ ਬੰਦ ਕਰ ਦਿਓ ਅੱਛਾ ਇਹ ਕਿੱਥੋਂ ਤੁਹਾਨੂੰ ਮਿਲੀ ਹੈ ਕਿੱਥੋਂ ਲਈ ਤੁਸੀਂ ਇਹ ਨਾਗ ਤਿੰਨੇ ਇਹ ਲਈ ਨਹੀਂ ਹੈਗੀ ਜੀ ਹਾਂ ਇਹ ਪਤਾ ਨਹੀਂ ਇਹ ਕਿੱਥੋਂ ਫੜੀ ਤੁਸੀਂ ਇਹ ਅਸੀਂ ਫੜਨੀ ਸੀ ਉਹ ਇਹ ਤੇ ਕਈਆਂ ਨੇ ਫੜੀ ਸੀ ਉਹ ਪਹਿਲਾਂ ਪੜੀ ਪੜਾਈ ਕਿਤੇ ਪਹਿਲਾਂ 4 ਡੇਰਿਆਂ ਤੋਂ 4 ਗੁਰੂਆਂ ਦੇ ਕੋਲੋਂ ਇਹ ਖੱਜਲ ਹੋ ਕੇ ਆਈ ਆ ਨਹੀਂ ਇਹ ਹੈ ਤੇ ਜਵਾਨ ਆ ਮਤਲਬ ਠੀਕ ਆ ਇਹਨੂੰ ਡਾਂਸ ਅੱਛਾ ਸਿਖਾਓ ਤੁਸੀਂ ਜਾਂ ਇਹਨੂੰ ਜਿਹੜਾ ਕੰਮ ਆ ਇਹਨੂੰ ਪੜਾ ਲਿਖਾ ਹੀ ਲੈਂਦੇ ਤੁਸੀਂ ਪੜਾ ਆਪਣੇ ਬੱਚੇ ਨੂੰ ਪੜਾਉਂਦੇ ਲਿਖਾਉਂਦੇ ਕਿਉਂ ਨਹੀਂ ਤੁਸੀਂ ਇਸ ਪਾਸੇ ਕਿਉਂ ਲਾਉਂਦੇ ਹੋ ਮੈਂ ਬੀ ਕੌਮ ਕੀਤਾ ਹੈ ਮੈਂ ਬੀ ਕੌਮ ਕੀਤਾ ਘਰਾਂ ਚ ਕੰਮ ਕੀਤਾ ਮੈਂ ਨਹੀਂ ਨਹੀਂ ਉਹ ਵਰਦੇ ਹੁਣ ਇਹ ਕੰਮ ਕਰਨ ਵਾਲੀ ਉਮਰ ਵੀ ਨਹੀਂ ਤੁਹਾਡੀ ਰਹੀ ਹੁਣ ਤੁਸੀਂ ਬੀ ਵਾਲੇ ਪਾਸੇ ਆ ਗਏ ਹਾਂਜੀ ਬੀ ਪੇਅਰ ਤੁਸੀਂ ਹੋਰ 3 ਮਹੀਨਿਆਂ ਤੱਕ ਇਨਸ਼ਾਅੱਲਾ WX ਤੱਕ ਪਹੁੰਚ ਜਾਣਾ ਇਹ ਕੰਮ ਇੱਧਰ ਇਹ ਇਹਨੇ ਕਰਨਾ ਇਹ ਕੰਮ ਅਸੀਂ ਇਹਨੂੰ ਬੜੀ ਕੋਸ਼ਿਸ਼ ਕਰਦੀਆਂ ਪੜ੍ਹਾਉਂਦੀਆਂ ਨਖੱਤੀਆਂ ਪੜ੍ਹਦੀਆਂ ਨੀ ਡਾਂਸ ਦੇ ਪਿੱਛੇ ਪਈਆਂ ਹੋਈਆਂ ਤੁਸੀਂ ਆਹ ਹਾਏ ਸਾਨੂੰ ਇਹ ਕਿਹੜੀ ਕਲਾਸ ਹੁੰਦੀ ਹੈ ਨਾਲ ਇੱਧਰ ਕਿਤਾਬ ਵੀ ਇਹਦੇ ਨਾਲੇ ਡੈਕ ਲਾ ਕੇ ਕਹਿੰਦੇ ਪੜੋ ਕਹਿੰਦੇ ਚੀਏ ਕਿ ਪੜੀ ਇਹ ਜਿਹੜੀ ਹੈ ਇਹ ਜਿਹੜੀ ਮੈਨੂੰ ਇਸ ਬੱਚੀ ਤੇ ਬੜਾ ਫਖਰ ਹੈ ਮੈਂ ਜਦੋਂ ਵੀ ਇਹਦੇ ਨਾਂ ਦੀ ਕਮੇਟੀ ਪਾਈ ਹੈ ਪਹਿਲੀ ਨਿਕਲੀ ਹੈ ਇਹ ਬੜੀ ਬੱਚੀ ਬਕਦਰ ਵਾਲੀ ਹੈ ਯਕੀਨ ਮੰਨੋ ਤੁਹਾਨੂੰ ਪਹਿਲੀ ਇਸ ਤੋਂ ਨਿਕਲੀ ਹੈ ਵੀ ਅੱਗੋਂ 19 ਕਮੇਟੀਆਂ ਜੋ ਤੁਸੀਂ ਨਜ਼ਰ ਨਾ ਆਓ ਸਾਨੂੰ ਕਿ ਤੁਹਾਡੀ ਨਿਕਲ ਗਈ ਖਸਮਾਂ ਨੂੰ ਕਹੋ ਨਿਕਲ ਜੋ ਲੈ ਜੋ ਅੱਗੋਂ ਦੇਣੀ ਵੀ ਨਹੀਂ ਅਸੀਂ ਕਮੇਟੀ ਲੈਣੀ ਵੀ ਨਹੀਂ ਤੁਹਾਡੇ ਕੋਲ ਇਹ ਫੀਲਡ 'ਚ ਇਹਦਾ ਨਾਮ ਆ ਮਿਸ ਚੂਗਾ ਉਲਟੀ ਖੰਭ ਡਿੱਗੇ ਨੇ ਖੰਭ ਦੇ ਨਾਲ ਭੋਰਕ ਲੱਗੀ ਸੀ ਤੇ ਫਿਰ ਅੰਮੀ ਨੇ ਲਾ ਤੇਰਾ ਮਾਂ ਪਿਓ ਕਿੱਥੇ ਆ ਜਦੋਂ ਕਿਸੇ ਆਰਟਿਸਟ ਨੂੰ ਅੱਗੋਂ ਆਮਦ ਨਾ ਹੋਵੇ ਉਹ ਇਹ ਆਈਟਮ ਸ਼ੁਰੂ ਕਰ ਦਿੰਦਾ ਨਹੀਂ ਭਾਜੀ ਗੱਲ ਤੇ ਥੋੜਾ ਮੇਰੀ ਅੱਲਾ ਮਾਫੀ ਦੇਵੇ ਆ 22 ਜੁਲਾਈ ਨੂੰ ਕੱਚੇ ਆ ਗੁਲਾਬ ਕਰਾ ਦਿੱਤੀ ਆ ਹਾਂ ਚੱਲ ਜੀ ਮੈਂ ਦੁਬਾਰਾ ਪੁੱਛ ਲੈਣਾ ਸੋਚ ਲਓ ਤੁਸੀਂ ਮੈਂ ਉਹਨੂੰ ਪੁੱਛ ਲੈਣਾ ਉਹਨੇ ਹਾਂ ਜੀ ਆਹ ਲਾ ਉਧਰ ਚੈੱਕ ਕਰ ਨਹੀਂ ਬੇਟੇ ਇਹ ਹਾਮੇ ਤੇ ਆਉਣ ਨਹੀਂ ਆ ਉਹ ਕੀ ਗੱਲ ਹੋਈ ਆ ਕੱਲ ਨਹੀਂ ਜੀ ਮੈਂ ਪਰਦਾ ਲਾਈਕ ਕਰਦੀ ਨਾਲੇ ਰੈਲੀ ਚ ਨਿਕਲੀ ਆ ਤੇ ਤੈਰ ਸਾੜਦੀ ਆ ਮੈਂ ਕਹਿੰਦੀ ਮੈਂ ਪਰਦਾ ਲਾਈਕ ਕਰਦੀ ਹਾਂਜੀ ਓਏ ਲਾਲਾ ਮਜਨੂ ਫਿਲਮ ਦੀ ਇੰਡੀਅਨ ਹੀਰਵਨ ਜਿਹੜੀ ਨਾ ਉਹ ਕਦੇ ਰੇਗਿਸਤਾਨ ਜਿੱਦਾਂ ਫਿਰਦੀ ਹੁੰਦੀ ਕੈਸ ਕੈਸ ਕਰਦੀ ਛੋਰੀਆ ਰਾਏ ਮੇਰੇ ਤੋਂ ਘੱਟ ਨਹੀਂ ਆ ਹਾਂਜੀ ਸਸਤੀ ਤੋਂ ਸਸਤੀ ਫਿਲਮ ਚ ਇਹਨੂੰ ਤੂੰ ਕੰਮ ਕਰਾ ਦੇ ਜਿਹੜੀ ਮਤਲਬ 50-60 ਹਜ਼ਾਰ ਚ ਬਣ ਜੇ ਤਾਂ ਵੀ ਨੀ ਲੋਕਾਂ ਨੇ ਵੇਖਣੀ ਅੰਮੀ ਤੂੰ ਤੇ ਕਹਿੰਦੀ ਸੀ ਤੇਰੀਆਂ ਅੱਖਾਂ ਫਰਾ ਲਾਲ ਵਗਦੀਆਂ ਨਹੀਂ ਇਹਦੀਆਂ ਅੱਖਾਂ ਸਿਰਫ ਲਾਲ ਆ
ਫੜਾ ਲਾਲ ਫੜਾ ਲਾਲ ਦੱਸਾਂ ਹੁਣ ਇਹ ਕਿੱਥੋਂ ਮਿਲੀ ਸਾਨੂੰ ਇਹ ਕਿੱਥੋਂ ਮਿਲੀ ਸੀ ਇਹ ਜਦੋਂ ਅਸੀਂ ਜਾਣੀ ਆ ਰਾਤ ਦਾ ਅਸੀਂ ਫੰਕਸ਼ਨ ਕੀਤਾ ਥੱਕੀਆਂ ਹੋਈਆਂ ਸੀ ਰਸਤੇ ਦੇ ਵਿੱਚ ਜਾਣ ਦੀਆਂ ਇੱਕਦਮ ਸਾਡੇ ਦਿਲ ਨੂੰ ਹਾਅ ਪੈ ਗਈ ਇੱਕ ਮਿੰਟ ਠਹਿਰ ਜਾ ਕੀ ਹਾਅ ਪਈ ਹੈ ਨਿਰਕੀ ਜੀ ਉਹ ਨਾ ਰਸਤੇ ਦੇ ਵਿੱਚ ਜਦੋਂ ਅਸੀਂ ਜਾਣ ਦੀਆਂ ਤੇ ਰੂੜੀ ਫੋਲਣ ਡੀ ਸੀ ਆਹ ਜਿਹੜੀ ਇਹ ਆਹ ਜਿਹੜੀ ਇਹ ਨਾ ਰੂੜੀ ਫੋਲਣ ਡੀ ਤੇ ਫਿਰ ਅੰਮੀ ਨੇ ਵੇਖਿਆ ਅੰਮੀ ਕਹਿੰਦੀ ਹਾਂ ਨੀ ਗੁਲਸ਼ਨ ਵੇਖ ਕਿੱਡੀ ਸੋਹਣੀ ਬੱਚੀ ਆ ਫਿਰ ਅਸੀਂ ਚੁੱਕ ਲਈ ਫਿਰ ਚੁੱਕ ਕੇ ਲਿਆ ਕੇ ਇਹਨੂੰ ਫਿਰ ਥੋੜਾ ਬਹੁਤ ਅਸੀਂ ਸਟੈਪ ਸਿਖਾਏ ਅੰਮੀ ਜਰਾ ਉਹ ਸਟੈਪ ਕਰਕੇ ਦਿਖਾ ਜਿਹੜਾ ਇਹਨੂੰ ਸਿਖਾਇਆ ਜਿਹੜਾ ਇੰਜ ਕਰਕੇ ਉੱਭਰਨ ਵਾਲਾ ਸਟੈਪ ਆ ਅੰਮੀ ਨੇ ਉਹ ਕੀਤਾ ਉਭਰਨ ਵਾਲਾ ਕਿਹੜਾ ਇੰਗਲਿਸ਼ ਇੰਗਲਿਸ਼ ਅਮੀ ਦੱਸ ਨੂਰਾ ਫਾਤੀ ਵਾਲਾ ਨੂਰਾ ਫਾਤੀ ਵਾਲਾ ਰਹਿਣ ਦੇ ਤੁਸੀਂ ਮੈਂ ਤੁਹਾਨੂੰ ਮੰਨ ਜਾਗਾ ਉਹ ਇੱਕ ਗਾਣਾ ਨੀ ਕਾਲਾ ਚਸ਼ਮਾ ਕਿਹੜਾ ਚੱਲਦਾ ਸੀ ਉਹਦੇ ਵਿੱਚ ਜਿਹੜੇ ਉਹ ਲੱਕ ਨੂੰ ਇੰਜ ਕਰਕੇ ਕਰਕੇ ਲੱਕ ਮੇਰਾ ਫੇਵਰੇਟ ਜਿਹੜਾ ਉਹਦੇ ਕਿਹੜਾ ਕਹਿੰਦੇ ਉਹ ਕੀ ਸੀ ਤੈਨੂੰ ਕਾਲਾ ਚਸ਼ਮਾ ਕਾਲਾ ਚਸ਼ਮਾ ਉਹ ਜਰਾ ਉਹ ਜਰਾ ਵਜਾਣਾ ਕਰੋ ਮੈਂ ਕਹਾਂਗਾ ਤੂੰ ਚਾਰ ਵਾਰੀ ਇੰਜ ਕਰਨਾ ਟੁਕ 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 ਚਲੋ ਕਿੱਦਾਂ ਭਲਾ ਚਲੋ ਤੈਨੂੰ ਕਾਲਾ ਚਸ਼ਮਾ ਕਿਆ ਕਹਿੰਦੇ ਮੁਹਤਰਮਾ ਉੱਠ ਜਾਓ ਅੰਮੀ ਪਹਿਲਾਂ ਕੁਰਲੀ ਤੇ ਅੱਗੇ ਏਦਾਂ ਕਰਦੀ ਹੁੰਦੀ ਸੀ ਕਿੰਨਾ ਕਿੰਨਾ ਕੁੱਤ ਖੋਇਆ ਅਰੇ ਨਹੀਂ ਯਾਰ ਇਹ ਬੜੀ ਗੱਲ ਆ ਵਾਹ 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 ਇਹ ਆਮ ਬੰਦੇ ਦਾ ਕੰਮ ਨਹੀਂ ਬੜਾ ਗੱਲ ਦਾ ਕਰ ਸਕਦੇ ਇਸ ਤਰ੍ਹਾਂ ਇੱਕ ਫੰਕਸ਼ਨ ਮੈਂ ਕਰਦੀ ਅੰਮੀ ਵੀ ਕਰਦੀ ਰਹੀ ਅੰਮੀ ਨੇ ਇੱਕ ਦਿਨ ਕੀਤਾ ਅੰਮੀ ਦੀ ਉਲਟੀ ਨਿਕਲ ਗਈ ਹਾਂਜੀ ਅਗਲੇ ਦਿਨ ਅੰਮੀ ਨੇ ਕੀਤਾ ਇਹਨੂੰ ਕੁੱਤਾ ਪੈ ਗਿਆ ਜਿਹੜਾ ਕੰਨਾ ਤੇਰਾ ਦੁਬਾਰਾ ਬਜਾਓ ਜੀ ਨਹੀਂ ਨਹੀਂ ਮੈਂ ਤੁਸੀਂ ਪਹਿਲੇ ਜ਼ਰਾ ਪੋਜੀਸ਼ਨ ਤੇ ਆਓ ਹੈਲੋ 1 2 ਤੈਨੂੰ ਕਾਲਾ ਚਸ਼ਮਾ ਸੱਪ ਖਾਣ ਲੱਗੀ ਆ ਬਹੁਤ ਫਰਕ ਆ ਬੱਚੇ ਫਰਕ ਪੈ ਗਿਆ ਨੀ ਜੁਲਾਈ ਨੀਚੇ ਆ ਨੀ ਬਾਹਰ ਥੱਲੇ ਆਜਾ ਬਾਬੀ ਜਲਾਈ ਯਾਦ ਰਾ ਤੂੰ ਕਰਕੇ ਦਿਖਾ ਓਨੀ ਜਗ੍ਹਾ ਪਲੀਜ਼ ਸੀ ਹੁਣ ਜਾ ਚੱਲ ਸਿੱਧੀ ਤਰ੍ਹਾਂ ਚੱਲ ਸਿੱਧੀ ਤਰ੍ਹਾਂ ਚੱਲ ਸਿੱਧੀ ਤਰ੍ਹਾਂ ਅੱਗੋਂ ਨੀਵੀਂ ਹੋ ਚੱਲ 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 ਐਟਮ ਕਰ ਬੇਟਾ ਚੱਲ ਤੈਨੂੰ ਕਾਲਾ ਚਸ਼ਮਾ ਇੱਥੇ ਕਰਨਾ ਸੀ ਜਦੋਂ ਵਜਣਾ ਤੈਨੂੰ ਕਾਲਾ ਚਸ਼ਮਾ ਸਹੀ ਤਰ੍ਹਾਂ ਕਰ ਲਿਆ ਮੈਨੂੰ ਕਾਲਾ ਚਸ਼ਮਾ ਉਹਨੂੰ ਸਮੇ ਨੀ ਆਉਂਦੇ ਆ ਜਾ ਵਾਪਸ ਆ ਜਾ ਮੈਨੂੰ ਕਾਲਾ ਚਸ਼ਮਾ ਚਲੋ ਆ ਜਾ ਨੀ ਤੇਰੇ ਕਿਤੇ ਪੈਂਡ ਸੁੱਠੀ ਆ ਕਿੱਦਾਂ ਨੱਚਣ ਡਈ ਆ ਚਲੋ ਆ ਜਾ ਉੱਥੇ ਤੁਸੀਂ ਹੁਣ ਨਾ ਮੈਂ ਤੁਹਾਨੂੰ ਬਾਜੀ ਦਾ ਛੋਟੀ ਦਾ ਡਾਂਸ ਚੱਲ ਨੀ ਆ ਬਾਜੀ ਆ ਚੱਲ ਨੀ ਕੁਛ ਦੇਣਾ ਵੀ ਆ ਕੁਛ ਅੱਲਾ ਮਾਫੀ ਤੇ ਸ਼ੇਖਾਂ ਦੇ ਘਰ ਆਏ ਆ ਚੱਲ ਨੀ ਨੱਚੋ ਸਾਰੀਆਂ ਤਰ੍ਹਾਂ ਮਿਲ ਕੇ ਨੱਚਿਓ ਹੈ ਨੀ ਮੇਰੇ ਨਾਲ ਤੁਸੀਂ ਗਾਣਾ ਕਰਨਾ ਜਾਨੀ ਸਾਹਿਬ ਇਹ ਤੇ ਦੇ ਨੀ ਇਹਨਾਂ ਤੁਸੀਂ ਗਾਣਾ ਕਰਨਾ ਲਾਸਟ ਤੇ ਚਲੇ ਜੀ ਖੁਦਾ ਕਰੇ ਨਾ ਖਤਮ ਹੋਵੇ ਅੱਜ ਦੀ ਰਾਤ ਕਦੀ ਇੱਕ ਇੱਕ ਦਿਨ ਸਾਡੇ ਮਿਲਣ ਦਾ ਬਣ ਜਾਵੇ ਸਦੀ ਤੈਨੂੰ ਬੇਚੈਨ ਨਿਗਾਹਾਂ ਸਲਾਮ ਕਹਿੰਦੀਆਂ ਨੇ ਤੈਨੂੰ ਬੇਚੈਨ ਨਿਗਾਹਾਂ ਸਲਾਮ ਕਹਿੰਦੀਆਂ ਨੇ ਤੜਪਦੇ ਦਿਲ ਦੀਆਂ ਸਦਾਵਾਂ ਸਲਾਮ ਕਹਿੰਦੀਆਂ ਨੇ ਤੈਨੂੰ ਬੇ
ਕਹਿੰਦੀਆਂ ਨੇ ਤੈਨੂੰ ਬੇਚੈਨ ਨਿਗਾਹਾਂ, ਸਲਾਮ ਕਹਿੰਦੀਆਂ ਨੇ ਬਦਨ ਉਦਾਸ ਮੇਰਾ ਤੇਰੇ ਪਿਆਰੇ ਦਾ ਪਿਆਸਾ, ਬਦਨ ਉਦਾਸ ਬਦਨ ਲੂਹਿਆ ਗਿਆ ਕਿਤੇ ਜੀ ਸਾਹਿਬ ਤੁਹਾਨੂੰ ਆ ਜਾਓ ਤੁਹਾਡੇ ਨਾਲ ਗਾਣਾ ਕਰਨਾ ਜ਼ਿੰਦਗੀ ਦੀ ਬਸ ਤੁਸੀਂ ਖੜੇ ਹੋਣਾ ਜਿਹੜਾ ਫੁੱਲ ਤਮਾਸ਼ਬੀਨ ਬਣ ਕੇ ਅੰਮੀ ਤੂੰ ਇੱਦਾਂ ਹੀ ਬੰਦੇ ਬਸਾਉਣੀ ਤੈਨੂੰ ਮੁਖੜੇ ਤੋਂ ਲਾ ਕੇ ਨਿਕਾਬ ਆ ਗਿਆ ਚੱਲ ਚੱਲਦਾ ਗਜ਼ਬ ਦੀ ਸ਼ਬਾਬ ਆ ਗਿਆ ਮੇਰਾ ਗੋਰਾ ਬਦਨ ਕਸਿਆ ਕਸਿਆ ਹੋਇਆ ਮੇਰਾ ਗੋਰਾ ਬਦਨ ਕਸਿਆ ਕਸਿਆ ਹੋਇਆ ਵਿੱਚ ਰੇਸ਼ਮ ਦੇ ਰੇਸ਼ਮ ਵਸਿਆ ਹੋਇਆ ਜਦੋਂ ਵੱਲ ਖਾ ਕੇ ਗੁਗਰੂ ਵਜਾਉਂਦੀ ਆਵੇ ਬਸ ਕਰਦੇ ਖੁਦਾ ਦਾ ਨਾਮ ਮੈਨੂੰ ਮਾਫ਼ੀ ਦੇ ਦਿਓ ਸਿਰ ਪੀੜਾਉਣ ਲੱਗ ਪਈ ਮੇਰੇ ਸਾਡੇ ਵੀ ਹੁਣ ਤੇ ਅੰਮੀ ਬਹੁਤ ਸੋਹਣਾ ਨੱਚੀ ਆਇਆ ਸੋਰੀ ਸਹੀ ਨੱਚਣ ਡਈ ਸੀ ਅੰਮੀ ਚਲੋ ਕੁਛ ਦਿਓ ਹੁਣ ਜਾਨੀ ਸਾਹਿਬ ਅੱਲਾ ਮਾਫ਼ੀ ਦੇ ਅਸੀਂ ਹੁਣ ਆਪਣੀ ਮਜ਼ਲੂਮੀਅਤਾਂ ਦੱਸੀਆਂ ਸਾਰਾ ਕੁਛ ਦੱਸਿਆ ਹਾਲੇ ਹਾਲਾਤ ਵੀ ਸਾਡੇ ਠੀਕ ਚਲੋ ਕੁਛ ਦਿਓ ਸਾਨੂੰ ਚਲੋ ਮੈਂ ਦਿੰਦਾ ਵਾ ਗੱਲ ਇਹ ਹੈ ਕਿ ਵੀ ਤੁਹਾਡਾ ਕੋਈ ਕੌਮ ਵਾਸਤੇ ਕੋਈ ਮੈਸੇਜ ਤੁਸੀਂ ਕੁਛ ਚਾਹ ਰਹੇ ਹੋ ਵੀ ਤੁਸੀਂ ਕਿੱਦਾਂ ਇਹਨਾਂ ਨੂੰ ਮੈਸੇਜ ਕੋਈ ਦੇਣਾ ਤੁਸੀਂ ਅੰਮੀ ਤੂੰ ਤੇ ਵੈਸੇ ਵੀ ਪੈਕੇਜ ਕਰਾ ਫਲੂਟ ਲਾ ਦਾਂ ਹਾਂਜੀ ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖਣਾ ਮੇਰੇ ਇਸ ਗੱਲ ਤੋਂ ਬਾਅਦ ਇਹਨਾਂ ਦਾ ਇੱਕ ਮੈਸੇਜ ਹੋਏਗਾ ਮੈਸੇਜ ਤੋਂ ਬਾਅਦ ਅਸੀਂ ਪ੍ਰੋਗਰਾਮ ਵਾਈਂਡ ਅਪ ਕਰ ਦਿਆਂਗੇ ਆਪਣਾ ਬਹੁਤ ਖਿਆਲ ਰੱਖਣਾ ਔਰ ਤੁਸੀਂ ਲਿਆ ਮੈਸੇਜ ਠੀਕ ਹੈ ਜੀ ਇਨਸ਼ਾਅੱਲਾ ਫਿਰ ਕੱਲ੍ਹ ਤੁਹਾਡਾ ਮੁਲਾਕਾਤ ਹੋਏਗੀ ਰੱਬ ਰਾਖਾ ਕੋਈ ਗਲਤੀ ਗੁਸਤਾਖੀ ਹੋ ਗਈ ਹੋਵੇ ਮਾਫ਼ੀ ਦੇ ਦੇਣਾ ਜੀ ਫਲੂਟ ਮੁਲਕ ਕੌਮ ਵਾਸਤੇ ਸ਼ੀਮੇਲ ਯੂਨੀਅਨ ਦੀ ਸਦਰ ਸ਼ਹਿਰੀ ਖੰਨਾ ਤੁਹਾਨੂੰ ਮੈਸੇਜ ਕਹਿੰਦੀਆਂ ਨੇ ਜੁਲ ਮਿਲ ਕੇ ਰਹਿਣਾ ਇੱਕ ਦੂਸਰੇ ਦਾ ਅਹਿਸਾਸ ਕਰਨਾ ਪਿਆਰ ਮੁਹੱਬਤ ਭਾਈਚਾਰੇ ਨੂੰ ਆਮ ਕਰ ਦਿਓ ਹਮਸਾਏ ਦਾ ਅਹਿਸਾਸ ਕਰੋ ਮਾਂ ਬਾਪ ਦੇ ਨਾਲ ਪਿਆਰ ਕਰੋ ਅਤੇ ਸਾਡੇ ਵਰਗੇ ਚਿੜੀਆਂ ਨੂੰ ਸਾਡੇ ਵਰਗੇ ਮਾਸੂਮ ਲੋਕਾਂ ਨਾਲ ਪਿਆਰ ਕਰੋ ਸਾਡੇ ਹਕੂਕ ਦੇ ਵਾਸਤੇ ਆਵਾਜ਼ ਬੁਲੰਦ ਕਰੋ ਅਤੇ ਦੇਖਦੇ ਰਹੋ ਸੱਜਾ ਜਨੀ ਆਫੀਸ਼ਲ ਨਾਲੇ ਇੱਕ ਹੋਰ ਗੱਲ ਸੁਣ ਲਓ ਸਾਰੇ ਹਾਂਜੀ ਪੂਰੇ ਪਾਕਿਸਤਾਨ ਅੱਗੇ ਮੇਰੀ ਅਪੀਲ ਆ ਸਾਨੂੰ ਹੁਣ ਬਿਲਕੁਲ ਈਜ਼ੀ ਨਹੀਂ ਲੈਣਾ ਜੋ ਹਾਲ ਅਸੀਂ ਕੀਤਾ ਜੋ ਕਰਾਂਗੇ ਅਸੀਂ ਤੁਹਾਨੂੰ ਇੱਕ ਇੱਕ ਨੂੰ ਦੱਸਾਂਗੇ ਜੇ ਸਾਨੂੰ ਮਾਰਨਾ ਜੇ ਨਾ ਮਾਰੋ ਮਾਰੋ ਹੋਰ ਮਾਰੋ ਅਸੀਂ ਜ਼ੁਲਮ ਦਾ ਬਦਲਾ ਲੈ ਕੇ ਹਟਾਂਗੀਆਂ ਹੁਣ ਅਸੀਂ ਉਹ ਨਹੀਂ ਰਹੇ ਜੋ ਤੁਸੀਂ ਸਾਨੂੰ ਸਮਝਦੇ ਸੀ ਹੁਣ ਅਸੀਂ ਆਪ ਪੂਰੇ ਭਾਈ ਆ ਇੱਕ ਹੋਰ ਗੱਲ ਨਾਲੇ ਆਚਾਰ ਸ਼ਹਿਦ ਸ਼ੈਂਪੂ ਇਹ ਨੰਬਰ ਤੇਰੇ ਚੱਲ ਰਿਹਾ ਨਾਲ ਮੇਰਾ ਵੀ ਚੱਲ ਰਿਹਾ ਮੈਨੂੰ ਵੀ ਮਿਲੋ ਤੇ ਆਚਾਰ ਵਾਲੇ ਨੂੰ ਵੀ ਮਿਲੋ
ਬਾਏ ਚਲੋ ਜੀ ਓਕੇ ਜੀ।